ਤਾਂ ਮੇਰੇ ਲਈ ਤਾਂ ਇੰਨਾ ਹੀ ਚੰਗਾ ਸੀ ਸਾਰਿਆਂ ਲਈ, ਮੈਨੂੰ ਕੁਛ ਕਹਿਣ ਨਹੀਂ ਸੀ ਦਿੰਦਾ ਕਿਸੇ ਨੂੰ ਵੀ। ਅਤੇ ਊਂ ਇਹਨੇ ਚੌੜ ਵਾਲੀ ਕਰਦਾ ਹੁੰਦਾ ਸੀਗਾ, ਚੜੀਤਾ ਥੋੜ੍ਹਾ ਜਿਹਾ ਵਾਲਾ ਸੀਗਾ। ਇਹਦੇ ਤਾਏ ਦੇ ਕੁੜੀਆਂ ਹੀ ਬੇਟੀਆਂ ਹੀ ਬੇਟੀਆਂ ਸੀ ਛੇ, ਅਤੇ ਇਹ ਤਿੰਨ ਭੈਣ ਭਰਾ ਸੀ। ਇੱਕ ਛੋਟਾ ਤਾਂ ਬੱਚਾ ਬਾਹਰ ਹੀ ਆ, ਅਤੇ ਆਪਣੀ ਗੁੱਡੀ ਇੱਥੇ ਵਾਜੇ ਖਾਨੇ ਵਿਆਹੀ ਹੋਈ ਆ। ਮੇਰੇ ਗਈ ਤੋਂ ਤੁਹਾਨੂੰ ਚਾਹ ਹੀ ਚੜ ਜਾਂਦਾ ਸੀ ਵੀ ਮੇਰੀ ਮੰਮੀ ਆਈ ਆ। ਉਹਨੇ ਬਿੰਦੂ ਨੂੰ ਕਹਿਣਾ ਨਾ ਹੋਰ ਨਾ ਕੋਈ ਆਵੇ, ਵੀ ਜਦੋਂ ਮੰਮੀ ਨੇ ਆਉਣਾ ਹੁੰਦਾ ਵੀ ਜਵਾਕ ਫਿਰ ਉਹਨਾਂ ਦੇ ਖਿਆਲ 'ਚ ਪੈ ਜਾਣਗੇ। ਜਵਾਕਾਂ ਨੂੰ ਕਹਿਣਾ ਬੀਬੀ ਦੀਆਂ ਲੱਤਾਂ ਨੱਪੋ, ਅਤੇ ਉਹ ਦੋਨਾਂ ਨੇ ਭੈਣ ਭਰਾਵਾਂ ਨੇ ਕਹਿਣਾ ਅੱਜ ਤੇਰੀ ਵਾਰੀ ਹੈ ਤਾਜ, ਅੱਜ ਤੇਰੀ ਵਾਰੀ ਹੈ ਜੋਸ ਨੇ ਕਹਿਣਾ, ਅੱਜ ਤੂੰ ਨੱਪੀ। ਅਤੇ ਉਹ ਆਹ ਨਹੀਂ ਤੁਸੀਂ ਐਂ ਕਰਿਆ ਕਰੋ, ਇੱਕ ਲੱਤ ਬੀਬੀ ਦੀ ਤੂੰ ਨੱਪਿਆ ਕਰ, ਇੱਕ ਤਾਜ ਨੱਪਿਆ ਕਰੋ, ਅਤੇ ਤੁਸੀਂ ਵਾਰੀ ਨਾ ਬੰਨੋ, ਰੋਜ਼ ਨੱਪਿਆ ਕਰੋ। ਅਤੇ ਨਾਲ ਪਾਉਣਾ ਜਵਾਕਾਂ ਨੂੰ, ਜਵਾਕ ਹੁਣ ਸ਼ਹਿਰ ਦੇ ਜਿਵੇਂ ਨਾਲ ਘੱਟ ਪੈਂਦੇ ਸੀ, ਉਹਨੇ ਧੱਕੇ ਨਾਲ ਆਖਣਾ ਨਾਲ ਪਾਓ ਬੀਬੀ ਦੇ, ਆਪ ਪੈ ਜਾਂਦਾ ਸੀ। ਭੈਣਾਂ ਨੂੰ ਭਾਈਆਂ ਦਾ ਕਹਿ ਦਈਏ ਵੱਡਾ ਆਸਰਾ ਹੁੰਦਾ ਹੈਗਾ ਦੁਨੀਆਂ ਤੋਂ ਤੁਰ ਜਾਣਾ, ਉਹਨਾਂ ਦੇ ਨਾਲ ਇੱਕ ਪੇਕਿਆਂ ਦਾ ਵੱਡਾ ਆਸਰਾ ਹੁੰਦਾ ਹੈਗਾ। ਬਹੁਤ ਜ਼ਿਆਦਾ ਉਹਨਾਂ ਸਿਰ 'ਤੇ ਉੱਚਾ ਅਸਰ ਕਰਕੇ ਤੁਰਦੇ ਸੀ ਹੁਣ, ਪਰ ਹਜੇ ਵੀ ਜਿੰਦਾ ਲੋਕਾਂ ਲਈ ਵੀ ਸਾਡੇ ਲਈ ਵੀ। ਹੁਣ ਹਰ ਰੋਜ਼ ਇੱਥੋਂ ਦੀ ਮੈਂ ਇੱਥੇ ਪਈ ਹੁੰਦੀ ਹਾਂ, ਮੇਰਾ ਆਪਰੇਟ ਹੋਇਆ ਥੋੜ੍ਹਾ ਚਿਰ ਹੋਇਆ, ਅਤੇ ਕੋਈ ਨਾ ਕੋਈ ਲੰਘਦਾ ਮੋਟਰਸਾਈਕਲ 'ਤੇ, ਹਰ ਕੋਈ ਐਂ ਹੀ ਕਹਿੰਦਾ ਵੀ ਆਹ ਰਾਜ ਬਰਾੜਕਾ ਘਰ, ਪਰ ਮੈਨੂੰ ਇੰਨਾ ਚੰਗਾ ਲੱਗਦਾ, ਨਾਲੇ ਮੈਨੂੰ ਰੋਣ ਆਉਂਦਾ। ਮੈਂ ਕਹਿੰਦੀ ਜੇ ਹੁਣ ਉਹਨਾਂ ਨੂੰ ਕੋਈ ਦੱਸ ਜੇ, ਸਾਨੂੰ ਤਾਂ ਕਈ ਖੁਸ਼ੀ ਹੋਣੀ ਵੀ ਉਹਨਾਂ ਨੂੰ ਲੰਘਣ ਵਾਲਿਆਂ ਨੂੰ ਵੀ ਇੰਨੀ ਖੁਸ਼ੀ ਹੋਵੇ ਵੀ ਇੰਨਾ ਪਿਆਰ ਕਰਦੇ ਆ ਲੋਕ, ਹਰ ਰੋਜ਼ ਇੱਕ ਦੋ ਜਣੇ ਉਹ ਲੰਘਦੇ ਆ ਵੀ ਬਸ ਉਹਨਾਂ ਨੇ ਕਹਿਣਾ ਹੀ ਕਹਿਣਾ ਰਾਜ ਬਰਾੜਕਾ ਘਰ ਸੁਣਦਾ ਹੋਊ। ਹਾਂਜੀ, ਮੈਨੂੰ ਉਹ ਉੱਚੀ ਦੇ ਨੇ ਕਹਿੰਦੇ ਆ, ਕਿਉਂਕਿ ਮੋਟਰਸਾਈਕਲ 'ਤੇ ਹੁੰਦੇ ਨਾ ਇੱਕ ਪਈ ਪਿੱਛੇ ਬੈਠਾ ਹੁੰਦਾ, ਇੱਕ ਦੂਜੇ ਨੇ ਉਹ ਕਹਿੰਦੇ, ਫਿਰ ਮੈਂ ਹਰ ਰੋਜ਼ ਦੱਸਦੀ ਹਾਂ ਇਹਨਾਂ ਨੂੰ, ਕਦੇ ਮੈਂ ਆਪਦੇ ਬੇਟੇ ਨੂੰ ਦੱਸਦੀ ਹਾਂ ਫੋਨ 'ਤੇ। ਅਤੇ ਚਲੋ ਉਹਦੇ ਜੋਗੀ ਵਧੀਆ ਸਬਜ਼ੀ ਬਣ ਗਈ ਦੁੱਧ ਪਾ ਕੇ ਕੱਲੀ, ਅਤੇ ਉਹਨੇ ਸਾਰੇ ਦੱਸਣੇ ਕਿ ਬੀਬੀ ਬੀਬੀ ਦੀ ਬਣਾਈ ਆ, ਮੈਂ ਕਿਸੇ ਨੂੰ ਨਹੀਂ ਦਿੰਦਾ, ਮੇਰੀ ਬੀਬੀ ਨੇ ਬਣਾ ਕੇ ਕੱਲੀ ਆ, ਮੈਂ ਹੀ ਖਾਣੀ ਹੈ। ਮੰਮੀ ਨਹੀਂ ਸੀ ਆਉਂਦਾ, ਆਉਂਦਾ ਬੀਬੀ ਸੀ ਉਹ, ਦੂਜੇ ਇਹ ਮੰਮੀ ਆਉਂਦਾ, ਦੂਜਾ ਚੰਦ ਬਾਹਰਲਾ, ਉਹ ਬੀਬੀ ਆਉਂਦਾ ਸੀ ਸ਼ੁਰੂ ਤੋਂ, ਉਹ ਵੱਡਾ ਸੀ। ਹਾਂ, ਇੱਕ ਵਾਰੀ ਮੈਂ ਆਪਦੀ ਮਾਸੀ ਕੋਲ ਗਈ ਜੀ, ਅਤੇ ਮੈਨੂੰ ਕਹਿ ਮੈਂ ਕਿਹਾ ਵੀ ਮੈਂ ਪੱਖੀਆਂ ਜਾਣ ਕੇ, ਮੈਂ ਪੱਖੀਆਂ ਸਿੱਖਣੇ ਆ, ਪੱਖੀਆਂ ਤੂੰ ਕੀ ਕਰਨੀ ਆ, ਤੈਨੂੰ ਕੂਲਰ ਲੈ ਦਿਆਂਗੇ, ਤੈਨੂੰ ਪੱਖੇ ਲੈ ਦਾ, ਮੈਂ ਕਿਹਾ ਵੀ ਜੇ ਲਾਈਟ ਉੱਠ ਜੇ ਫਿਰ ਤੈਨੂੰ ਜਨਰੇਟਰ ਲੈ ਦਾਂਗੇ। ਅੱਛਾ ਜੀ, ਵੀ ਇੰਨੀ ਆਉਂ ਵੀ ਉਹਨੂੰ ਇਉਂ ਹੁੰਦਾ ਸੀ ਵੀ ਘਰੇ ਹੀ ਰਹੇ, ਵੀ ਮੇਰੀ ਭੈਣ ਮੇਰੇ ਕੋਲ ਹੀ ਰਹੇ, ਘਰੇ ਹੀ ਰਹੇ। ਇੱਕ ਵਾਰੀ ਮੈਂ ਆਪਦੇ ਨਾਨਕੇ ਘਰ ਚਲੇ ਗਈ, ਉੱਥੇ ਤਾਂ ਮੈਂ ਲੋਕ ਗਈ, ਮੈਨੂੰ ਲੱਭਦਾ ਫਿਰੇ ਮਗਰ ਘਰੇ, ਚੱਲ ਘਰੇ ਵੀ ਜਾਣਾ ਮੈਂ ਲੈਣ ਆਇਆ, ਸਾਡਾ ਜੀ ਨਹੀਂ ਲੱਗਦਾ, ਬਹੁਤ ਕਰਦਾ ਸੀ। ਬੰਦਾ ਬਹੁਤ ਵਧੀਆ ਸੀ, ਬਸ ਉਹਨੂੰ ਆਇਆ ਵੀ ਦਾਰੂ ਪੀਣਾ, ਉਹਦਾ ਕਾਲਾ ਪੀ ਗਿਆ ਵਧ ਗਿਆ, ਅਤੇ ਉਹਦੇ ਨਾਲ ਡੈਥ ਹੋ ਗਈ ਉਹਦੀ ਉੱਥੇ ਚੰਡੀਗੜ੍ਹ, ਦਾਰੂ ਪੀਤੀ ਉਹਦੇ 'ਤੇ ਪਤਾ ਲੱਗਾ ਵੀ ਇੱਥੇ ਵੀ ਉੱਥੇ ਉਲਟੀ ਆਈ। ਇਹ ਮੇਰੇ ਘਰ ਵਾਲੇ ਦਾ ਸਰਵਾਲਾ ਸੀਗਾ। ਅੱਛਾ, ਵਿਆਹ ਦੇ ਵਿੱਚ ਜਦੋਂ ਉਹਨਾਂ ਦਾ ਸਰਵਾਲਾ ਰਾਜ ਬਰਾੜ ਜੀ ਬਣਿਆ? ਹਾਂਜੀ, ਰਾਜ ਬਰਾੜ ਸੀ ਸਰਵਾਲਾ। ਪੱਤ ਵਰਗਾ ਫੂਡ ਟਰੈਕਟਰ ਜੱਟ ਨੇ ਵਿੱਚ ਰੋ ਰੋ ਕੇ, ਹੈਂ ਇਹ ਵੀ ਸਹੀ ਆ, ਇਹ ਗੱਲਾਂ ਇਹ ਨਾ ਗੱਲਾਂ ਆਏ ਹਨ ਵੀ ਕਦੋਂ ਆਪਦੇ ਪੁੱਤ ਨੂੰ ਕੌਣ ਵੇਚਦਾ। ਜੀ ਦੋਸਤੋ, ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਬੋਲੀ ਹੌਲੀ ਬਾਬਾ, ਅਤੇ ਮੈਂ ਹਾਂ ਜਗਦੀਪ ਸਿੰਘ। ਹਮੇਸ਼ਾ ਦੀ ਤਰ੍ਹਾਂ ਪਹੁੰਚਿਆ ਸੀ ਇੱਕ ਅਜਿਹੇ ਸਿਤਾਰੇ ਦੇ ਪਿੰਡ ਜਿਹਨੇ ਆਪਣੇ ਪਿੰਡ ਦੇ ਨਾਮ ਨੂੰ ਪੂਰੀ ਦੁਨੀਆ ਦੇ ਵਿੱਚ ਰੁਸ਼ਨਾਇਆ, ਪਰ ਬਦਕਿਸਮਤੀ ਕਿ ਉਹ ਸਿਤਾਰਾ ਅੱਜ ਸਾਡੇ ਵਿੱਚ ਨਹੀਂ ਰਿਹਾ। ਹਾਂਜੀ ਦੋਸਤੋ, ਅਸੀਂ ਪਹੁੰਚੇ ਅੱਜ ਪਿੰਡ ਮਲਕੇ ਦੇ ਵਿੱਚ, ਅਤੇ ਇੱਥੋਂ ਦੇ ਰਾਜ ਬਰਾੜ ਜਿਨ੍ਹਾਂ ਨੇ ਗਾਇਕੀ ਦੇ ਖੇਤਰ ਵਿੱਚ ਕਹਿ ਲਈਏ, ਗੀਤਕਾਰੀ ਦੇ ਖੇਤਰ ਵਿੱਚ ਕਹਿ ਲਈਏ, ਜਾਂ ਕਿ ਫਿਲਮੀ ਦੁਨੀਆ ਦੇ ਵਿੱਚ ਕਹਿ ਲਈਏ, ਆਪਣੇ ਨਾਮ ਨੂੰ ਅਤੇ ਆਪਣੇ ਪਿੰਡ ਦੇ ਨਾਮ ਨੂੰ ਬੁਲੰਦੀਆਂ ਤੱਕ ਪਹੁੰਚਾਇਆ। ਅੱਜ ਅਸੀਂ ਦਿਖਾਵਾਂਗੇ ਤੁਹਾਨੂੰ ਉਹਨਾਂ ਦੇ ਪਿੰਡ ਦੀਆਂ ਉਹ ਗਲੀਆਂ ਜਿੱਥੇ ਉਹ ਖੇਡਦੇ ਰਹੇ ਨੇ, ਅਤੇ ਉਹ ਸਕੂਲ ਜਿੱਥੇ ਉਹਨਾਂ ਨੇ ਆਪਣੀ ਵਿੱਦਿਆ ਸੀ ਜਿਹੜੀ ਪੜ੍ਹਾਈ ਸੀ ਸ਼ੁਰੂ ਕੀਤੀ ਸੀਗੀ, ਅਤੇ ਉਹਨਾਂ ਦੇ ਘਰ ਦੇ ਵਿੱਚ ਵੀ ਲੈ ਕੇ ਚੱਲਾਂਗੇ ਜਿੱਥੇ ਕਿ ਮੁਲਾਕਾਤ ਕਰਾਵਾਂਗੇ ਉਹਨਾਂ ਦੇ ਮਾਤਾ ਜੀ ਨਾਲ ਅਤੇ ਉਹਨਾਂ ਦੇ ਭੈਣ ਜੀ ਨਾਲ। ਆ ਜੋ ਲੈ ਕੇ ਚੱਲਦੇ ਹਾਂ ਤੁਹਾਨੂੰ ਪਿੰਡ ਦੇ ਵਿੱਚ ਉਹ ਗਲੀਆਂ ਦੇ ਵਿੱਚ ਜਿੱਥੇ ਉਹ ਖੇਡਦੇ ਰਹੇ ਨੇ, ਅਤੇ ਨਾਲ ਹੀ ਉਹਨਾਂ ਦੇ ਘਰ ਦੇ ਵੱਲ। ਮਾਤਾ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਮਾਤਾ ਜੀ ਸਿਹਤਾਂ ਕਿਵੇਂ ਨੇ? ਹਾਂਜੀ ਠੀਕ ਹੈ, ਬਸ ਜਿਹੜੇ ਬੈਠੇ ਦੀ ਸੀ ਜਾਂਦੇ ਹਾਂ।
ਮਾਤਾ ਜੀ ਜਿਵੇਂ ਪਰਮਾਤਮਾ ਨੇ ਆਪਾਂ ਨੂੰ ਸਿਹਤ ਦਾ ਜਿਵੇਂ ਰੱਖਣਾ ਹੈਗਾ। ਮਾਤਾ ਜੀ, ਰਾਜ ਬਰਾੜ ਜੀ ਨੇ ਗਾਇਕੀ ਦੀ ਦੁਨੀਆਂ ਦੇ ਵਿੱਚ ਨਾਂ ਰੁਸ਼ਨਾਇਆ, ਫਿਲਮੀ ਦੁਨੀਆਂ ਦੇ ਵਿੱਚ ਵੀ ਆਪਣੇ ਪਿੰਡ ਦਾ ਨਾਂ ਮਸ਼ਹੂਰ ਕੀਤਾ, ਅਤੇ ਕਿੱਥੋਂ ਸ਼ੁਰੂ ਹੋਈ ਉਹਨਾਂ ਦੀ ਗਾਇਕੀ, ਉਹਨਾਂ ਦੇ ਬਚਪਨ ਦੇ ਬਾਰੇ ਸਾਨੂੰ ਦੱਸੋ। ਉਹ ਬਚਪਨ ਬਾਰੇ ਨਾ ਸਾਡੇ ਨਾਲ ਸੀਰੀ ਹੁੰਦਾ ਸੀਗਾ। ਅੱਛਾ, ਇੱਥੋਂ ਦਾ ਮੁੰਡਾ ਵਿਹੜਿਓ, ਅਤੇ ਵੀ ਉਹ ਸਾਡੇ ਨਾਲ ਸੀਰੀ ਹੁੰਦਾ ਸੀ, ਅਤੇ ਇਹ ਰੋਟੀ ਟੁੱਕ ਲੈ ਕੇ ਜਾ ਵੜਦਾ ਸੀ। ਠੀਕ ਹੈ ਜੀ। ਅਸੀਂ ਉਸ ਘਰੇ ਰਹਿੰਦੇ ਹੁੰਦੇ ਸੀ ਉੱਧਰਲੇ। ਠੀਕ ਹੈ ਜੀ। ਅਤੇ ਅਸੀਂ ਆਖਣਾ ਵੀ ਇੰਨੀ ਕਾਹਲੀ ਕਾਹਤੋਂ ਕਰਦਾ, ਮੈਨੂੰ ਰੋਟੀਆਂ ਬੰਨ ਦਿਓ, ਛੇਤੀ ਜੱਗੀ ਦੀਆਂ ਰੋਟੀਆਂ ਬੰਨ ਦਿਓ। ਸਾਨੂੰ ਵਿੱਚੋਂ ਪਤਾ ਨਾ ਲੱਗਣਾ ਵੀ ਇਹ ਕੀ ਕਰ, ਉਹ ਅਨਪੜ੍ਹ ਸੀ, ਜੱਗੀ ਅਨਪੜ੍ਹ ਸੀ, ਇਹ ਉਹ ਦੱਸਦਾ ਹੁੰਦਾ ਸੀ ਅਤੇ ਇਹ ਲਿਖਦਾ ਹੁੰਦਾ ਸੀ। ਠੀਕ ਹੈ ਜੀ। ਅਤੇ ਉੱਥੇ ਜਾ ਕੇ ਸਾਨੂੰ ਸਾਰਿਆਂ ਨੂੰ ਦੱਸਣਾ ਵੀ ਤੁਹਾਡੇ ਤੋਂ ਸਾਡਾ ਮੁੰਡਾ ਰੋਟੀ ਲੈ ਕੇ ਤਾਂ ਜਾ ਵੜਦਾ, ਅਤੇ ਉੱਥੇ ਉਹਨੂੰ ਭਾਈ ਰੱਖਦਾ, ਸੀਰੀ ਨੂੰ ਭਾਈ ਰੱਖਦਾ ਉੱਥੇ, ਅਤੇ ਅਸੀਂ ਆਖਣਾ ਕੋਈ ਨਹੀਂ, ਅਤੇ ਸਾਨੂੰ ਪਤਾ ਹੀ ਨਹੀਂ ਸੀ ਹੁੰਦਾ ਘਰੇ, ਖੇਤ ਸਾਡਾ ਦੂਰ ਸੀ ਉੱਧਰ, ਵਾਹਵਾ ਮੀਰ ਸਾਰੀ ਵਾਟ। ਠੀਕ ਹੈ ਜੀ। ਅਤੇ ਇਹਨੇ ਸਾਈਕਲ 'ਤੇ ਜਾ ਵੜਨਾ ਉੱਥੇ, ਅਤੇ ਫਿਰ ਇਹਨੇ ਉਹਦਾ ਗਾਣਾ ਵੀ ਗਾਇਆ ਸੀ ਨਾ ਜੱਗੀ ਦਾ ਪਹਿਲਾਂ ਜਦੋਂ ਉਹਨੇ, ਫਿਰ ਇਹਨੇ ਕੈਸਟ ਕੱਢੀ ਉਹਦੀ, ਅਤੇ ਫਿਰ ਇਹਨੇ ਉਹਦੀਆਂ ਕੁੜੀਆਂ ਦੇ ਭਾਈ ਦੋਵੇਂ ਵਿਆਹ ਵੀ ਕੀਤੇ ਸੀਗੇ। ਠੀਕ ਹੈ ਜੀ। ਅਤੇ ਹੌਲੀ ਹੌਲੀ ਬਸ ਉੱਥੋਂ ਸ਼ੁਰੂ ਇਹ ਉੱਥੋਂ ਹੋਇਆ ਸੀਗਾ। ਉਹ ਹੈਗੇ ਨੇ ਜੱਗੀ ਜੀ ਹੁਣ? ਨਾ, ਉਹ ਮਰ ਗਿਆ ਸੀ, ਉਹਨੂੰ ਕੈਂਸਰ ਹੋ ਗਿਆ ਸੀ ਵਿਚਾਰੇ ਨੂੰ। ਫਿਰ ਇਹਨੇ ਫਿਰ ਤਾਂ ਹੀ ਕੁੜੀਆਂ ਦੇ ਵਿਆਹ ਦੇ ਪੈਸੇ ਲਾਏ ਨਾ ਇਹਨੇ, ਉਹ ਕੀਤਾ ਸੀ ਸਾਡੇ ਨਾਲ ਜਿਹੜਾ ਡਰਾਈਵਰ ਸਾਡੇ ਪਿੰਡ ਦਾ ਹੀ ਸੀ ਮੁੰਡਾ, ਅਤੇ ਉਹਨੇ ਹੀ ਸਾਰਾ ਖਰੀਦਿਆ ਖਰੂਦਿਆ ਸਮਾਨ, ਵੀ ਜਣੀਏ ਤੋਂ ਪੈਸੇ ਲੈ ਲੈਂਦੇ ਸੀਗੇ, ਵੀ ਵਿਆਹ ਇਹਨੇ ਕੀਤਾ ਸੀਗਾ। ਉਦੋਂ ਕਿੰਨੀ ਕੁ ਉਮਰ ਸੀ ਇਹਨਾਂ ਦੀ? ਇਹਨਾਂ ਦੀ ਉਮਰ ਉਦੋਂ ਦਸਵੀਂ 'ਚ ਹੋਊਗਾ, 11-12 ਤਾਂ ਫਿਰ ਇਹਨੇ ਫਰੀਦਕੋਟ ਕੀਤੀਆਂ। ਠੀਕ ਹੈ। ਪਰ ਫਰੀਦਕੋਟੋਂ ਫਿਰ ਇਹ ਚੰਡੀਗੜ੍ਹ ਜਾ ਉੜਿਆ ਸੀਗਾ। ਚੰਡੀਗੜ੍ਹ ਇਹਨਾਂ ਨੇ ਕੀ ਪੜ੍ਹਾਈ ਕੀਤੀ ਜੀ? ਉੱਥੇ ਨਹੀਂ ਮੈਨੂੰ ਪਤਾ ਕੀ ਪੜ੍ਹਾਈ ਕੀਤੀ ਸੀਗੀ, ਲੱਗਿਆ ਸੀਗਾ ਉੱਥੇ ਵੀ ਇਹਨੇ ਵਾਹਵਾ ਟਾਈਮ। ਫਿਰ ਤਾਂ ਇਹ ਵਿੱਚ ਲੁਧਿਆਣੇ ਕਲਾਕਾਰੀ 'ਚ ਵੜ ਗਿਆ। ਠੀਕ ਹੈ ਜੀ। ਅਤੇ ਉੱਥੇ ਵਿਆਹ ਸਿੱਖਦਾ ਹੁੰਦਾ ਸੀਗਾ, ਅਤੇ ਘਰੋਂ ਤਾਂ ਫਿਰ ਅਸੀਂ ਪੜ੍ਹਦਾ ਹੀ ਹੁੰਦਾ ਸੀ, ਸਾਡੇ ਪਾਸ ਤਾਂ ਪੜ੍ਹ ਨਹੀਂ ਗਿਆ, ਅਤੇ ਇਹ ਜਾ ਕੇ ਫਿਰ ਉੱਥੇ ਦੇ ਗਾਣੇ ਗੁਣੇ ਕਰਨ ਲੱਗ ਜਾਂਦਾ ਸੀਗਾ। ਠੀਕ ਹੈ। ਅਤੇ ਇਹਦਾ ਤਾਇਆ ਲੜ ਪੈਂਦਾ ਸੀ, ਅਤੇ ਇਹਦਾ ਪਾਪਾ ਕੁਛ ਨਹੀਂ ਸੀ ਆਉਂਦਾ, ਅਤੇ ਬਸ ਫਿਰ ਜਿਵੇਂ ਇੱਕ ਬਚਪਨ 'ਚ ਬੱਚਿਆਂ ਦੇ ਸੁਭਾਅ ਹੁੰਦੇ ਨੇ, ਕੋਈ ਜਿੱਦੀ ਹੁੰਦਾ, ਕੋਈ ਇਹਨਾਂ ਦਾ ਸੁਭਾਅ ਕਿਹੋ ਜਿਹਾ ਸੀ? ਇਹਦਾ ਸੁਭਾਅ ਇਹਨਾਂ ਦਾ ਵਧੀਆ ਸੀ, ਸੁਭਾਅ ਤਾਂ ਮੇਰੇ ਲਈ ਤਾਂ ਇੰਨਾ ਹੀ ਚੰਗਾ ਸੀ ਸਾਰਿਆਂ ਲਈ, ਮੈਨੂੰ ਕੁਛ ਕਹਿਣ ਨਹੀਂ ਸੀ ਦਿੰਦਾ ਕਿਸੇ ਨੂੰ ਵੀ, ਅਤੇ ਊਂ ਇਹਨੇ ਚੌੜ ਵਾਲੀ ਕਰਦਾ ਹੁੰਦਾ ਸੀਗਾ, ਚੜੀਤਾ ਥੋੜ੍ਹਾ ਜਿਹਾ ਵਾਲਾ ਸੀਗਾ। ਇਹਦੇ ਤਾਏ ਦੇ ਕੁੜੀਆਂ ਹੀ ਬੇਟੀਆਂ ਹੀ ਬੇਟੀਆਂ ਸੀ 6, ਅਤੇ ਇਹ 3 ਭੈਣ ਭਰਾ ਸੀ, ਇੱਕ ਛੋਟਾ ਤਾਂ ਬੱਚਾ ਬਾਹਰ ਹੀ ਆ, ਅਤੇ ਆਪਣੀ ਗੁੱਡੀ ਇੱਥੇ ਵਾਜੇ ਖਾਂਦੇ ਵਿਆਹੀ ਹੋਈ ਹੈ। ਠੀਕ ਹੈ। ਮਾਤਾ ਜੀ, ਤੁਸੀਂ ਤਾਂ ਸੁਨਹਿਰੀ ਯੁੱਗ ਵੀ ਦੇਖਿਆ ਨਾ, ਇੱਕ ਸਮਾਂ ਜਦੋਂ ਉਹ ਗਾਇਕੀ ਦੇ ਸਿਖਰ 'ਤੇ ਸੀਗੇ, ਕਿੰਨੇ ਕੁ ਗਾਇਕ ਘਰ ਦੇ ਵਿੱਚ ਆਉਂਦੇ ਸੀ, ਕਿੰਨੇ ਕੁ ਲੋਕ ਮਿਲਣ ਆਉਂਦੇ ਸੀ? ਉਹ ਤਾਂ ਬੇਹੱਦ ਹੀ ਆਉਂਦੇ ਸੀ ਉਦੋਂ ਜਦੋਂ ਇਹ ਗਾਉਂਦਾ ਸੀ ਨਾ, ਉਦੋਂ ਚੜ੍ਹਾਈ ਜ਼ਿਆਦਾ ਸੀ ਕਲਾਕਾਰਾਂ ਦੀ, ਹੁਣ ਤਾਂ ਹੈ ਹੀ ਨਹੀਂ ਗੀ, ਹੁਣ ਤਾਂ ਸਾਰਿਆਂ ਦੇ ਕੋਈ ਆਹ ਕੁਛ ਤਾਂ ਹਾਲਾਤ ਹੀ ਇਹੋ ਜਿਹੇ ਹੋਏ, ਕੁਛ ਕਰੋਨੇ ਨੇ 2 ਹੋ ਗਏ, ਕੁਛ ਪਹਿਲਾਂ ਹੀ ਥੋੜ੍ਹੇ ਦਵੇ ਵੇ ਆ ਹੁਣ ਲੋਕ, ਅਤੇ ਮਿਲਦੇ ਸੀ ਸਾਰਿਆਂ ਨੂੰ, ਹੱਸ ਕੇ ਆਖਦੇ ਤਾਂ ਨਹੀਂ ਸੀ? ਹਾਂ, ਸਾਰਿਆਂ ਨੂੰ ਵਧੀਆ ਮਿਲਦੇ ਸੀ, ਵਧੀਆ ਚਾਹ ਪਾਣੀ ਵੀ ਆਪ ਫੜਾਉਂਦੇ ਸੀ, ਅਤੇ ਬਥੇਰੇ ਮੇਲਾ ਲੱਗਿਆ ਰਹਿੰਦਾ ਹੋਣਾ ਤੁਹਾਡੇ ਕੋਲ, ਇੱਥੇ ਆਹ ਹੀ ਬੈਠਕ ਸੀਗੀ, ਇੱਥੋਂ ਦੀ ਵੜਨਾ, ਇੱਥੋਂ ਦੀ ਨਿਕਲਣਾ, ਇੱਥੇ ਉਹਦੀਆਂ ਫੋਟੋ ਸਾਰੀਆਂ, ਹੁਣ ਸਮਾਂ ਕਈ ਵਾਰੀ ਫੋਟੋ ਕਰਨ ਵਾਲੇ ਮੁੰਡੇ ਆਏ ਹੈ, ਅਤੇ ਉਹ ਇੱਕ ਦਿਨ ਤਾਂ ਮੈਂ ਹਜੇ ਉਹਦੇ ਆਈ ਹੋਈ ਸੀ, ਇੱਕ ਦਿਨ ਹੀ ਹੋਇਆ ਸੀ ਮੈਨੂੰ, ਮੈਂ ਕਿਹਾ ਵੀ ਫੋਟੋ ਤਾਂ ਉਹਦੀਆਂ ਹੈਗੀਆਂ ਬਥੇਰੀਆਂ ਪਈਆਂ, ਉਸ ਅਸੀਂ ਆਪ ਉੱਚਾ ਕੀਤਾ ਸੀ ਥਾਂ 'ਤੇ, ਉਸ ਫਿਰ ਤਾਹਾਂ ਤੋਂ ਭੰਨ ਤੋੜ ਕੀਤੀ, ਅਤੇ ਉਹ ਸਾਰੀਆਂ ਫੋਟੋ ਲਾ ਕੇ ਉਹਨਾਂ ਨੇ ਕੰਮ ਵਾਲੀਆਂ ਨੇ ਟੈਚੀ 'ਚ ਪਾ ਦਿੱਤੀਆਂ, ਫੋਟੋ ਤਾਂ ਬਹੁਤ ਜ਼ਿਆਦਾ ਹੈ, ਕਿ ਸਾਰਾ ਉਹਦਾ ਕਮਰਾ ਹੀ ਭਰਿਆ ਵਾ ਸੀ, ਦਾਲੇ ਪਦਾਲੇ ਸਾਰੇ ਲਾਈਆਂ ਸੀ। ਹੁਣ ਮੈਂ ਬਲਰਾਜ ਨੂੰ ਪੁੱਛਿਆ ਸੀ, ਬਲਰਾਜ ਮੈਂ ਪਿਰਥੀ ਮੈਂ ਖਾਇਆ ਦਾ ਵੀ ਮੇਖਾਂ ਕੱਢ ਕੇ ਵੀ ਲਾ ਦੇ, ਉਹ ਆਂਦਾ ਨਹੀਂ ਮੈਂ ਲੱਕੜ ਦੀ ਫੱਟੀ ਡਿਜ਼ਾਇਨ ਬਣਾਊਂਗਾ, ਫਿਰ ਆ ਕੇ ਫਿਰ ਪਟੰਗਾਂਗੇ, ਅਤੇ ਉਹ ਉੱਥੇ ਉਹਦੇ ਟੈਂਕੀ ਭਰਿਆ ਪਿਆ ਉੱਤੇ, ਇੱਕ ਦੋ ਲਾਈਆਂ, ਉਹ ਵੀ ਬਸ ਜਦੋਂ 4 ਤੋਂ ਭੋਗ ਹੁੰਦਾ ਉਦੋਂ ਫਿਰ ਲੈ ਜਾਂਦੇ ਹੁੰਦੇ ਗੁਰਦੁਆਰੇ। ਸ਼ਰਾਰਤੀ ਤਾਂ ਵਾਲਾ ਜ਼ਿਆਦਾ ਸੀਗਾ, ਹਰੇਕ ਨਾਲ ਚੌੜ ਕਰਨੀ। ਅਤੇ ਮਾਤਾ ਜੀ, ਪਿੰਡ ਜਦੋਂ ਉਹ ਚੰਡੀਗੜ੍ਹ ਰਹਿਣ ਲੱਗ ਗਏ, ਉਦੋਂ ਬਾਅਦ ਫਿਰ ਉਹ ਪਿੰਡ ਕਿੰਨਾ ਕੁ ਆਉਂਦੇ ਸੀ? ਪਿੰਡ ਤਾਂ ਉਹ ਦਿਨ ਤਿਉਹਾਰ 'ਤੇ ਹਰੇਕ 'ਤੇ ਲੋਹੜੀ ਹੋਣੀ, ਦਿਵਾਲੀ ਹੋਣੀ, ਉਹਨੇ ਕਦੇ ਉੱਥੇ ਨਹੀਂ ਸੀ ਵੇਖੀ, ਜੇ ਉੱਥੇ ਵੇਖਦਾ ਸੀ ਤਾਂ ਮੈਨੂੰ ਲੈ ਕੇ ਜਾਂਦਾ ਸੀ। ਅੱਛਾ, ਤੁਹਾਡੇ ਨਾਲ ਹੀ ਮਨਾਉਂਦੇ? ਮੇਰੇ ਨਾਲ ਹੀ ਮਨਾਉਂਦਾ ਸੀ, ਹਾਂ, ਉੱਥੇ ਘੇਰ ਪਾਥੀਆਂ ਲਿਆਂਦੀਆਂ, ਮੁੱਲ ਲੱਕੜਾਂ ਲਿਆਂਦੀਆਂ, ਮੈਂ ਕਿਹਾ ਆਪਣੇ ਘਰੇ ਇੰਨਾ ਬਾਲਣ ਹੁੰਦਾ, ਮੈਂ ਤੂੰ ਉੱਥੇ ਆ ਜਾਂਦਾ, ਕਹਿੰਦਾ ਇਹ ਕਿ ਤੈਨੂੰ ਇੱਥੋਂ ਦੀ ਦਿਵਾਲੀ ਵਿਖਾਉਣੀ ਹੈ, ਲੋਹੜੀ ਵਿਖਾਉਣੀ ਹੈ, ਅਤੇ ਮੇਰੇ ਗਈ ਤੋਂ ਤੁਹਾਨੂੰ ਚਾਹ ਹੀ ਚੜ੍ਹ ਜਾਂਦਾ ਸੀ, ਵੀ ਮੇਰੀ ਮੰਮੀ ਆਈ ਹੈ, ਉਹਨੇ ਬਿੰਦੂ ਨੂੰ ਕਹਿਣਾ ਨਾ ਹੋਰ ਨਾ ਕੋਈ ਆਵੇ, ਵੀ ਜਦੋਂ ਮੰਮੀ ਨੇ ਆਉਣਾ ਹੁੰਦਾ ਵੀ ਜਵਾਕ ਫਿਰ ਉਹਨਾਂ ਦੇ ਖਿਆਲ 'ਚ ਪੈ ਜਾਣਗੇ, ਜਵਾਕਾਂ ਨੂੰ ਕਹਿਣਾ ਬੀਬੀ ਦੀਆਂ ਲੱਤਾਂ ਨੱਪੋ, ਅਤੇ ਉਹ ਦੋਨਾਂ ਨੇ ਭੈਣ ਭਰਾਵਾਂ ਨੇ ਕਹਿਣਾ
ਅੱਜ ਤੇਰੀ ਵਾਰੀ ਹੈ ਤਾਜ, ਅੱਜ ਤੇਰੀ ਵਾਰੀ ਹੈ ਜੋਸ ਨੇ ਕਹਿਣਾ। ਅੱਛਾ ਅੱਜ ਤੂੰ ਨੱਪੀ ਤੇ ਉਹ ਨਹੀਂ, ਤੁਸੀਂ ਐਂ ਕਰਿਆ ਕਰੋ, ਇੱਕ ਲੱਤ ਬੀਬੀ ਦੀ ਤੂੰ ਨੱਪਿਆ ਕਰ, ਇੱਕ ਤਾਜ ਨੱਪਿਆ ਕਰੋ, ਤੇ ਤੁਸੀਂ ਵਾਰੀ ਨਾ ਬੰਨੋ, ਰੋਜ਼ ਨੱਪਿਆ ਕਰੋ ਤੇ ਨਾਲ ਪਾਉਣਾ ਜਵਾਕਾਂ ਨੂੰ। ਜਵਾਕ ਹੁਣ ਸ਼ਹਿਰ ਦੇ ਗਿੱਜੇ ਵੀ ਨਾਲ ਘੱਟ ਪੈਂਦੇ ਸੀ, ਉਹਨੇ ਧੱਕੇ ਨਾਲ ਆਖਣਾ ਨਾਲ ਪਾਓ ਬੀਬੀ ਦੇ, ਆਪ ਪੈ ਜਾਂਦਾ ਸੀ ਸਾਗ ਧਰਾਉਣਾ, ਆਖਣਾ ਅੱਜ ਤਾਂ ਦੂਰੋਂ ਹੀ ਵਾਸ਼ਨਾ ਆਉਂਦੀ। ਮੈਂ ਆਖਿਆ ਬੀਬੀ ਨੇ ਸਾਗ ਧਰਿਆ ਹੋਊਗਾ, ਮੈਂ ਦੋ ਦੋ ਮਹੀਨੇ ਤਿੰਨ ਤਿੰਨ ਲਾਇਆ ਆਉਂਦੀ ਸੀ ਉੱਥੇ, ਹਾਂ ਉਹਨਾਂ ਕੋਲ, ਹਾਂ ਲੈ ਜਾਂਦਾ ਸੀ ਆ ਕੇ ਚਾਹ ਹੀ ਚੜ ਜਾਂਦਾ ਸੀ, ਜਦੋਂ ਮੈਂ ਆਖਣਾ ਚੰਗਾ ਫਿਰ ਲੈ ਜੀ ਮੈਨੂੰ। ਇਹ ਇੱਥੇ ਫਿਰ ਬਲਰਾਜ ਇੱਥੇ ਸੀ ਅਤੇ ਆਖਣਾ ਤੂੰ ਪਿਆਰ ਤਾਂ ਤੂੰ ਉਹਦਾ ਹੀ ਕਰਦੀ ਹੈ। ਸ਼ਰਾਬ ਪੀਣ ਲੱਗ ਗਏ ਸੀ, ਥੋਥੋ ਇੰਨਾ ਡਰਦੇ ਸੀ, ਤੁਸੀਂ ਵੀ ਰੋਕਿਆ ਹੋਣਾ? ਮੈਂ ਫਿਰ ਬਾਹਰ ਉੱਠ ਗਈ ਸੀ ਨਾ। ਅੱਛਾ, ਜਦੋਂ ਮੈਂ ਇੱਥੇ ਸੀ ਉਦੋਂ ਤਾਂ ਫਿਰ ਹਟ ਜਾਂਦਾ ਸੀ, ਦੋ ਵਾਰੀ ਦਾਖਲ ਰਿਹਾ ਨਾ ਬਠਿੰਡੇ, ਦੋ ਵਾਰੀ ਦਾਖਲ ਕਰਾਇਆ, ਫਿਰ ਮੈਂ ਉਦੋਂ ਕੋਲ ਹੀ ਰਹਿੰਦੀ ਸੀ ਉਹਦੇ, ਕਿਤੇ ਘਰੇ ਆ ਜਾਣਾ ਅਤੇ ਅੱਜ ਬੀਬੀ ਘਰੇ ਗਈ ਵੀ ਆ, ਉਹਨਾਂ ਨੇ ਕਹਿਣਾ ਹਾਂ, ਅਤੇ ਬੀਬੀ ਨੂੰ ਕਹੋ ਕੱਦੂ ਦੀ ਸਬਜ਼ੀ ਮੈਨੂੰ ਬਣਾ ਕੇ ਘੱਲੇ, ਕੱਦੂ ਉਸ ਰੁੱਤ ਸਿਆਲਾਂ 'ਚ ਅੱਜ ਕੱਲ੍ਹ ਹੁੰਦੇ ਨਹੀਂ ਗੇ। ਅਤੇ ਸਾਡੇ ਇੱਥੇ ਸਮਾਧਾਂ 'ਚ ਮੁੰਡਾ ਇੱਕ ਰਹਿੰਦਾ ਹੁੰਦਾ ਸੀ ਰਾਖੀ ਸਮਾਧਾਂ ਦੀ, ਅਤੇ ਮੈਂ ਉਹਨੂੰ ਫੋਨ ਕੀਤਾ, ਮੈਂ ਕਾਲੇ ਮੈਂ ਉੱਥੋਂ ਕੱਦੂ ਵੇਖ ਕੇ ਲਿਆਈ ਵੀ ਜੇ ਹੋਏ ਨਿੱਕੇ ਨਿੱਕੇ, ਅਤੇ ਉਹ ਵਾਹਵਾ ਲਿਆਇਆ, ਅਤੇ ਚਲ ਉਹਦੇ ਜੋਗੀ ਵਧੀਆ ਸਬਜ਼ੀ ਬਣ ਗਈ ਦੁੱਧ ਪਾ ਕੇ ਘੱਲੀ, ਅਤੇ ਉਹਨੇ ਸਾਰੇ ਦੱਸਣੇ ਕਿ ਬੀਬੀ ਦੀ ਬਣਾਈ ਆ, ਮੈਂ ਕਿਸੇ ਨੂੰ ਨਹੀਂ ਦਿੰਦਾ, ਮੇਰੀ ਬੀਬੀ ਨੇ ਬਣਾ ਕੇ ਘੱਲੀ ਆ, ਮੈਂ ਹੀ ਖਾਣੀ ਹੈ। ਮੰਮੀ ਨਹੀਂ ਸੀ ਆਉਂਦਾ, ਆਉਂਦਾ ਬੀਬੀ ਸੀ, ਉਹ ਦੂਜੇ ਇਹ ਮੰਮੀ ਆਉਂਦਾ, ਦੂਜਾ ਚੰਦ ਬਾਹਰਲਾ, ਉਹ ਬੀਬੀ ਆਉਂਦਾ ਸੀ ਸ਼ੁਰੂ ਤੋਂ, ਉਹ ਵੱਡਾ ਸੀ। ਹਾਂ ਮਾਤਾ ਜੀ, ਕਦੇ ਲੱਗਿਆ ਵੀ ਉਹਨਾਂ ਦੇ ਇੰਨਾ ਸ਼ਰਾਬ ਪੀਣ ਦਾ ਕਾਰਨ ਕੀ ਸੀਗਾ, ਵੀ ਕੋਈ ਟੈਨਸ਼ਨ ਸੀ ਉਹਨਾਂ ਨੂੰ? ਨਹੀਂ ਕੋਈ ਟੈਨਸ਼ਨ ਨਹੀਂ ਸੀ ਸਾਨੂੰ ਤਾਂ, ਜਿਹੜੇ ਜਿਵੇਂ ਆਪਾਂ ਫਿਰ ਮੁੜ ਕੇ ਸਿਆਣਿਆਂ 'ਚ ਪੈ ਜਾਂਦੇ ਹਾਂ, ਸਾਨੂੰ ਤਾਂ ਹੀ ਦੱਸਿਆ ਵੀ ਇਹਨੂੰ ਕਿਸੇ ਦਾ ਕੁਛ ਕਰਾਇਆ ਵਾ ਸੀ, ਵੀ ਸਾਨੂੰ ਵੀ ਲੱਗਦਾ ਸੀ ਗੀਤਕਾਰੀ ਦੇ ਵਿੱਚ ਵੀ ਕਿਸੇ ਦਾ ਹੱਕ ਨੀ ਰੱਖਿਆ ਸੀਗਾ, ਹਾਂ ਵੀ ਸਭ ਨਾਲ ਪਿਆਰ ਨਾਲ ਮਿਲਦਾ, ਵੀ ਫੇਰ ਵੀ ਕਾਹਦੀ ਟੈਨਸ਼ਨ? ਜਿਹੜੀ ਆ ਮੁੜ ਕੇ ਫਿਲਮ ਬਣਾਉਂਦਾ ਸੀ ਜਿਹੜੀ 'ਚ ਬਿਮਾਰ ਹੋਇਆ ਜ਼ਿਆਦੇ, ਉਦੋਂ ਮੈਂ ਤਾਂ ਇੱਥੇ ਨਹੀਂ ਸੀ, ਮੈਂ ਤਾਂ ਹੁਣ ਵੀ ਦੋ ਸਾਲਾਂ ਤੋਂ ਆਈ ਹਾਂ, ਅਤੇ ਸਾਰੇ ਦੱਸਦੇ ਸਾਰੇ ਪਿੰਡ 'ਚ ਵੀ ਇਹ ਐਤਕੀ ਤਾਂ ਇਹਨੇ ਨਾ ਵੀ ਕਮਾਲ ਕਰਤੀ, ਇੰਨਾ ਖਰਚਾ ਕੀਤਾ, ਐਤਕੀ ਤਾਂ ਕਮਾਲ ਕਰਤੀ, ਸਾਰੇ ਪਿੰਡ ਨੂੰ ਜਿਵੇਂ ਜੱਗ ਹੀ ਕਰਤਾ, ਸਾਰਾ ਜੱਗ ਹੀ, ਕੋਈ ਦੱਸਿਆ ਕਰੇ ਅੱਜ ਕੜਾਹੀ ਚੜਾਈ ਵੀ ਸੀ, ਅੱਜ ਜਲੇਬੀਆਂ ਪਕਾਉਂਦੇ, ਅੱਜ ਬ੍ਰੈਡ ਕੱਢੀ ਜਾਂਦੇ ਆ, ਅਤੇ ਬਹਿਰੇ ਲੱਗੇ ਹੋਏ ਸੀਗੇ, ਇੱਥੇ ਇਸੇ ਘਰੇ ਹੀ ਕਰਦਾ ਸੀਗਾ ਸਾਰਾ ਕੁਛ, ਅਤੇ ਪਰ ਨਹੀਂ ਜੋ ਪਰਮਾਤਮਾ ਨੂੰ ਮਨਜ਼ੂਰ ਹੈ ਜੀ ਉਹਦੀ ਰਜ਼ਾ ਤੋਂ ਆਪਾਂ ਬਾਹਰ ਨਹੀਂ ਹੋ ਸਕਦੇ। ਬਸ ਫਿਰ ਜਵਾਕ ਉੱਥੇ ਚੰਡੀਗੜ੍ਹ ਸੀ, ਬਲਵਿੰਦਰ ਉੱਥੇ ਸੀ, ਇਹ ਫਿਰ ਇਕੱਲਾ ਹੀ ਇੱਥੇ ਮੌਜ ਮਸਤੀ ਮਾਰਦਾ ਸੀਗਾ, ਕਈ ਵਾਰ ਜੇ ਕਿਸੇ ਆਖਣਾ ਵੀ ਰੱਜਿਆ ਪਿਆ ਸੀਗਾ, ਅਤੇ ਫਿਰ ਆਪਦੇ ਚਿੱਤ ਨੂੰ ਹੋਣੀ ਵੀ ਹਜੇ ਇੰਨੀ ਕਾਹਤੋਂ ਪੀਣ ਲੱਗ ਗਿਆ, ਵੀ ਉਹ ਤਾਂ ਹਟ ਫੁੱਟ ਜਾਂਦਾ ਹੁੰਦਾ ਸੀ, ਹੁਣ ਕਿਸੇ ਦੇ ਅੱਖ ਤੋਂ ਹਟਦਾ ਹੀ ਨਹੀਂ ਗਾ ਉਹ। ਅਤੇ ਉੱਧਰ ਆਈ ਚਾਚੀ ਨੂੰ ਕਹਿ ਦੇਣਾ ਜਦੋਂ ਲੱਥੀ ਨੂੰ, ਚਾਚੀ ਮੈਨੂੰ ਚਟਨੀ ਬਣਾ ਦੇ, ਚਟਨੀ ਦਾ ਸ਼ੌਕੀਨ ਸਾਗ ਦਾ ਜਾਂ ਥੋੜ੍ਹਾ ਜਿਹਾ ਵੱਧ ਸੀ, ਸਾਗ ਤਾਂ ਜੇ ਇੱਥੋਂ ਅਸੀਂ ਕੱਲ੍ਹ ਦੇਣਾ, ਅਤੇ ਸਾਰਿਆਂ ਨੂੰ ਦੱਸਣਾ ਕਿ ਕਿਸੇ ਨੂੰ ਨਹੀਂ ਦਿੰਦਾ, ਕਿ ਜਦੋਂ ਫਿਰ ਰੋਟੀ ਦਾ ਖਾਣ ਦਾ ਟਾਈਮ ਹੁੰਦਾ ਨਾ ਉਦੋਂ ਕੱਢ ਕੇ ਲੁਕੋ ਦਿੰਦਾ, ਅਤੇ ਮੁੜ ਕੇ ਜਦੋਂ ਸਾਰੇ ਖਾ ਹਟਦੇ ਰੋਟੀ ਉਦੋਂ ਕੱਢ ਲੈਂਦਾ, ਅਤੇ ਵੀ ਦਿੰਦਾ ਨਹੀਂ ਸੀ ਕਿਸੇ ਨੂੰ ਸਾਗ ਨਹੀਂ ਸੀ ਦਿੰਦਾ, ਆਖਣਾ ਨਾ ਇਹ ਤਾਂ ਮੈਂ ਹੀ ਖਾਣਾ। ਚੌੜ ਮਤੇ ਵਾਲਾ ਸੁਭਾਅ ਉਹਨਾਂ ਦਾ ਰਿਹਾ, ਹਾਂ ਤੁਹਾਨੂੰ ਦੇ ਦੂੰਗਾ ਫਿਰ, ਆਖਣਾ ਤੁਹਾਨੂੰ ਦੇ ਦੂੰਗਾ, ਉਹਨਾਂ ਨੇ ਆਖਣਾ ਹੁਣ ਅਸੀਂ ਕਿ ਚੂਰਨ ਲੈਣਾ ਹੈ ਸਾਗ ਖਾਣਾ, ਤੇਰਾ ਚੂਰਨ ਲੈਣਾ, ਅਤੇ ਚਟਨੀ ਦਾ ਬਹੁਤ ਸ਼ੌਕੀਨ ਸੀ, ਚਟਨੀ ਘਰੋਂ ਇੱਥੋਂ ਕਰਕੇ ਘੱਲਣੀ, ਇੱਥੋਂ ਕਿਹਾ ਮੈਂ ਉੱਥੇ ਆਹਦਾ ਮੁੰਡੇ ਦੀ ਚਟਨੀ ਖਾਊ, ਮੈਂ ਖਾ ਹੋਊ, ਮੈਂ ਚਟਨ, ਮੈਂ ਤੂੰ ਇੱਥੇ ਫਰੀਦਕੋਟ ਆਏ ਸੀ, ਇੱਕ ਨਾਲ ਉਹ ਵੀ ਮੁੰਡਾ ਮਰ ਗਿਆ ਕਿ ਉਹਦਾ ਨਾਂ ਸੀ, ਉਹ ਵੀ ਕਲਾਕਾਰ ਹੀ ਸੀ, ਅਤੇ ਇੱਥੇ ਆਏ ਆਹਦੇ ਗਾਹ ਨਹੀਂ ਹੋਇਆ ਗਿਆ ਬੀਬੀ ਸੱਥ, ਤਾਂ ਗਰਮੀ ਜੀ ਦਾ ਮਹੀਨਾ ਸੀਗਾ, ਤੂੜੀ ਤਾੜੀ ਖਿਲਰਦੀ ਸੀ, ਉਹ ਟਰੱਕ ਟਰਾਲੀਆਂ ਲੰਘਦੇ ਸੀ, ਆਹਦਾ ਅਸੀਂ ਤਾਂ ਕੁੰਡਾ ਘੋਟਾ ਚੱਕ ਕੇ ਤਰ ਭੱਜਿਆ, ਅਸੀਂ ਤਾਂ ਗੱਡੀ 'ਚ ਰੱਖ ਕੇ ਅਸੀਂ ਗਾਹ ਅੰਦਰ ਨਹੀਂ ਗਏ, ਉੱਧਰ ਪਰ ਸ਼ੈੱਡ ਪਾਇਆ ਸੀ, ਉੱਥੇ ਕੁੰਡਾ ਘੋਟਾ ਮੈਂ ਦੱਸ ਦੇਵਾਂ ਉੱਥੇ ਪਿਆ, ਅਤੇ ਐਂ ਜੋ ਸਪੀਡੀ ਡਾਹ ਕੇ ਬਹਿ ਜਾ ਕਰੇ, ਬੀਬੀ ਦੀ ਚਟਨੀ ਬਣਾਈ ਖਾਵਾਂਗੇ, ਅਤੇ ਸਾਡਾ ਮੁੰਡਾ ਵੀ ਚਟਨੀ ਨੂੰ ਬਹੁਤ ਸ਼ੌਕੀਨ ਹੈ, ਆਖੋ ਚਟਨੀ ਬੀਬੀ ਬਣਾ ਕੇ ਦਿਓ। ਮਾਤਾ ਜੀ ਬਹੁਤ ਕਹਿੰਦੇ ਹੁਣ ਜਦੋਂ ਘਰੇ ਆ ਜਾਂਦੇ ਹੁਣ ਰੌਣਕਾਂ ਲੱਗ ਜਾਂਦੀਆਂ ਹੋਣਗੀਆਂ, ਉਹਦੇ ਨੇ ਨਹਿਰਾਂ ਤੋਂ ਫੋਨ ਕਰ ਦੇਣਾ, ਮੈਂ ਆਖਣਾ ਨਾ ਵੀ ਬਾਹਰ ਨਾ ਖੜਕਾਈ, ਤੂੰ ਫੋਨ ਕਰ ਦਿਆ ਕਰ ਵੀ ਫਿਰ ਮੈਂ ਬਾਹਰ ਖੋਲ ਦਊਂਗੀ, ਕਿਉਂ ਐਂ ਪਾ ਉੱਪਰੇ ਨੂੰ ਵੀ ਬਾਹਰ ਖੜਕਾਏ ਤੋਂ ਖੋਲਦੇ ਨਹੀਂ, ਅਤੇ ਉਹਨੇ ਉੱਥੋਂ ਜਦੋਂ ਨਹਿਰ ਟੱਪੇ ਹੋਣੇ ਤਾਂ ਉਦੋਂ ਫੋਨ ਕਰ ਦੇਣਾ, ਅਤੇ ਆਖਣਾ ਰੋਟੀ ਲਾਹ ਕੇ ਰੱਖ ਦਿਆ ਕਰ, ਬੀਬੀ ਤੈਨੂੰ ਕਿੰਨੀ ਵਾਰ ਕਿਹਾ ਰੋਟੀ ਲਾਹ ਕੇ ਰੱਖਿਆ ਕਰ, ਅਤੇ ਮੈਂ ਆਖਣਾ ਜਦੋਂ ਮੈਂ ਉੱਠੀ ਖੜੀ ਤਾਂ ਰੋਟੀ ਲਾਹੁਣ ਨੂੰ ਕੀ ਆ, ਮੈਂ ਆਖਣਾ ਵੀ ਸੱਜਰੀ ਲਾਹ ਕੇ ਦਿਉ, ਅਤੇ ਉਹਨੇ ਆਖਣਾ ਨਹੀਂ ਤੂੰ ਲਾਹ ਕੇ ਰੱਖ ਦਿਆ ਕਰ,
ਹੁਣ ਬਾਹਰ ਵੇਖ ਲਓ ਲਾਈਆਂ ਹੀ ਖਾਂਦੇ ਆ ਸਾਰੇ, ਰਾਤ ਨੂੰ ਵੀ ਪਕਾ ਕੇ ਰੱਖਦੇ ਆ, ਤੜਕੇ ਜਾਣਗੇ ਕੰਮਾਂ 'ਤੇ ਲੈ ਕੇ ਜਾਣਗੇ। ਇਹਨਾਂ ਨੇ ਨਹੀਂ ਕਿਹਾ ਵੀ ਬਾਹਰ ਜਾਣਾ ਮੈਂ ਜਾਂ ਹੋਰ, ਕਿ ਇਹਨਾਂ ਦਾ ਮਨ ਇੱਧਰ ਹੀ ਸੀ, ਜਾਂਦਾ ਹੀ ਸੀ ਬਾਹਰ ਤਾਂ ਬਲਰਾਜ ਨੂੰ ਕਹਿਣਾ ਮੈਂ ਬੇਸਮੈਂਟ ਚ ਥੱਲੇ ਆਪਾਂ ਬਣਾ ਲਾਂਗੇ ਮੇਰੇ ਰਹਿਣ ਵਾਲਾ, ਹੁਣ ਤਾਂ ਉਦੋਂ ਮਰ ਹੋਰ ਵੀ ਪਾ ਲਿਆ, ਉਹਦੇ ਗਏ ਬਾਅਦ ਤਾਂ ਉਹ ਵੀ ਰੱਖਿਆ ਵਾ। ਚਲੋ ਮਾਤਾ ਜੀ, ਗਿਆਨ ਨੂੰ ਕੋਈ ਮੋੜ ਨਹੀਂ ਸਕਦਾ ਹੈਗਾ, ਬਸ ਇੱਕ ਧਰਵਾਸਾ ਹੁੰਦਾ ਪਰਮਾਤਮਾ ਦਾ, ਸਾਰਾ ਜੋ ਸਾਰੇ ਯਾਦ ਕਰਦੇ ਆ, ਬਾਹਲਾ ਚੰਗਾ ਸੀ, ਬਾਹਲਾ ਚੰਗਾ ਸੀ, ਕਿਸੇ ਨਾਲ ਲੜਦਾ ਬੋਲਦਾ ਨਹੀਂ ਸੀ ਨਾ, ਬਸ ਆ ਕੇ ਗੱਡੀ ਖਲਿਆਰ ਦੇਣੀ ਇੱਥੇ, ਆਖਣਾ ਮੈਂ ਬੀਬੀ ਮੈਂ ਵਾਰਡ ਆ ਜਾਂਦਾ ਬਾਹਰ, ਮੈਂ ਜੋ ਪ੍ਰਤੀਕ ਉਹਦੇ ਕੋਲ ਹੈਪੀ ਕੋਲ ਜਾਇਆ, ਮੈਂ ਹੈਪੀ ਮੇਰੇ ਜੇਠ ਦਾ ਪੋਤਾ, ਹੁਣ ਤਾਂ ਉਹ ਵੀ ਬਾਹਰ ਉੱਠ ਗਏ, ਉਹਦੇ ਨਾਲ ਥੋੜ੍ਹੀ ਜਿਹੀ ਵੱਧ ਬਣਦੀ ਸੀ, ਉਹਨੂੰ ਗਾਣੇ ਸੁਣਾਉਣੇ ਅਤੇ ਗੱਡੀ 'ਚ ਲਿਆ ਕੇ ਵਾਹ ਲੈਣਾ, ਇੱਕ ਐਸਕਾਰ ਵਾਲਾ ਮੁੰਡਾ ਹੁੰਦਾ ਸੀ ਇਹ ਵੀ ਬਾਹਰ ਗਿਆ ਵਾ, ਅਤੇ ਆਖਣਾ ਤੁਹਾਨੂੰ ਗਾਣੇ ਸੁਣਾਉਣਾ, ਜਿਹੜੀ ਕੈਸਟ ਕੱਢਣੀ ਹੁੰਦੀ ਸਾਰਿਆਂ ਨੂੰ ਗਾਣੇ ਸੁਣਾਉਣੇ, ਸਵਾਦ ਬਹੁਤ ਹੀ ਜ਼ਿਆਦਾ ਚੰਗਾ ਸੀ। ਚਲੋ ਬਹੁਤ ਧੰਨਵਾਦ ਮਾਤਾ ਜੀ, ਗਿਆ ਨੂੰ ਕੋਈ ਮੋੜ ਨਹੀਂ ਸਕਦਾ, ਪਰ ਮਾਂ ਪਿਓ ਲਈ ਇੱਕ ਵੱਡਾ ਭਾਰ ਹੁੰਦਾ, ਜਿਹੜਾ ਸਭ ਤੋਂ ਦੁਨੀਆ ਦਾ ਵੱਡਾ ਭਾਰ ਮੰਨਿਆ ਗਿਆ ਕਿ ਉਹਨਾਂ ਦੇ ਹੁੰਦੇ ਉਹਨਾਂ ਦੇ ਪੁੱਤ ਦਾ ਚਲੇ ਜਾਣਾ। ਹੁਣ ਸਾਡੇ ਨਾਲ ਮੌਜੂਦ ਨੇ ਰਾਜ ਬਰਾੜ ਜੀ ਦੇ ਛੋਟੇ ਭੈਣ ਜੀ, ਆਪਾਂ ਉਹਨਾਂ ਨਾਲ ਕਰਦੇ ਹਾਂ ਗੱਲਬਾਤ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ, ਅਤੇ ਤੁਹਾਡੇ ਨਾਲ ਤਾਂ ਉਹਨਾਂ ਦਾ ਬਚਪਨ ਗੁਜ਼ਰਿਆ ਹੈਗਾ, ਕਿੱਦਾਂ ਦੇ ਸੀ ਬਚਪਨ ਦੇ ਵਿੱਚ? ਸੁਭਾਅ ਬਹੁਤ ਹੀ ਵਧੀਆ ਸੀ, ਦੱਸਿਆ ਨਹੀਂ ਜਾਂਦਾ ਬੋਲ ਕੇ, ਭੈਣਾਂ ਨੂੰ ਭਾਈਆਂ ਦਾ ਕਹਿ ਦਈਏ ਵੱਡਾ ਆਸਰਾ ਹੁੰਦਾ ਹੈਗਾ ਦੁਨੀਆ ਤੋਂ ਤੁਰ ਜਾਣਾ, ਉਹਨਾਂ ਦੇ ਨਾਲ ਇੱਕ ਪੇਕਿਆਂ ਦਾ ਵੱਡਾ ਆਸਰਾ ਹੁੰਦਾ ਹੈਗਾ, ਬਹੁਤ ਜ਼ਿਆਦਾ ਉਹਨਾਂ ਸਿਰ 'ਤੇ ਉੱਚਾ ਅਸਰ ਕਰਕੇ ਤੁਰਦੇ ਸੀ ਹੁਣ, ਪਰ ਹਜੇ ਵੀ ਜਿੰਦਾ ਲੋਕਾਂ ਲਈ ਵੀ ਸਾਡੇ ਲਈ ਵੀ, ਹੁਣ ਹਰ ਰੋਜ਼ ਇੱਥੋਂ ਦੀ ਮੈਂ ਇੱਥੇ ਪਈ ਹੁੰਦੀ ਹਾਂ, ਮੇਰਾ ਆਪਰੇਟ ਹੋਇਆ ਥੋੜ੍ਹਾ ਚਿਰ ਹੋਇਆ, ਅਤੇ ਕੋਈ ਨਾ ਕੋਈ ਲੰਘਦਾ ਮੋਟਰਸਾਈਕਲ 'ਤੇ, ਹਰ ਕੋਈ ਐਂ ਹੀ ਕਹਿੰਦਾ ਵੀ ਆਹ ਰਾਜ ਬਰਾੜ ਦਾ ਘਰ, ਪਰ ਮੈਨੂੰ ਇੰਨਾ ਚੰਗਾ ਲੱਗਦਾ, ਨਾਲੇ ਮੈਨੂੰ ਰੋਣ ਆਉਂਦਾ, ਮੈਂ ਕਹਿੰਦੀ ਜੀ ਹੁਣ ਉਹਨਾਂ ਨੂੰ ਕੋਈ ਦੱਸ ਜੇ, ਸਾਨੂੰ ਤਾਂ ਕਈ ਖੁਸ਼ੀ ਹੋਣੀ ਵੀ ਉਹਨਾਂ ਨੂੰ ਲੰਘਣ ਵਾਲਿਆਂ ਨੂੰ ਵੀ ਇੰਨੀ ਖੁਸ਼ੀ ਹੋਵੇ ਵੀ ਇੰਨਾ ਪਿਆਰ ਕਰਦੇ ਆ ਲੋਕ, ਹਰ ਰੋਜ਼ ਇੱਕ ਦੋ ਜਣੇ ਉਹ ਲੰਘਦੇ ਆ ਵੀ ਬਸ ਉਹਨਾਂ ਨੇ ਕਹਿਣਾ ਹੀ ਕਹਿਣਾ ਰਾਜ ਬਰਾੜ ਦਾ ਘਰ, ਸੁਣਦਾ ਹੋਊ। ਹਾਂਜੀ, ਮੈਨੂੰ ਉਵੇਂ ਸੁਣ ਉੱਚੀ ਦੇ ਨੇ ਕਹਿੰਦੇ ਆ, ਕਿਉਂਕਿ ਮੋਟਰਸਾਈਕਲ 'ਤੇ ਹੁੰਦੇ ਆ ਨਾ ਇੱਕ ਭਾਈ ਪਿੱਛੇ ਬੈਠਾ ਹੁੰਦਾ, ਇੱਕ ਦੂਜੇ ਨੇ ਉਹ ਕਹਿੰਦੇ, ਫਿਰ ਮੈਂ ਹਰ ਰੋਜ਼ ਦੱਸਦੀ ਹਾਂ ਇਹਨਾਂ ਨੂੰ, ਕਦੇ ਮੈਂ ਆਪਦੇ ਬੇਟੇ ਨੂੰ ਦੱਸਦੀ ਹਾਂ ਫੋਨ 'ਤੇ। ਅਤੇ ਜਦੋਂ ਕਿਤੇ ਤੁਸੀਂ ਬਾਹਰ ਜਾਂਦੇ ਹੋਵੋਗੇ, ਕਹਿ ਪਤਾ ਲੱਗਦਾ ਹੋਊ ਵੀ ਰਾਜ ਬਰਾੜ ਦੇ ਭੈਣ ਨੇ, ਉਦੋਂ ਵੀ ਫਿਰ ਬਹੁਤ ਮਾਣ ਮਿਲਦਾ ਹੋਣਾ ਜੀ? ਹਾਂਜੀ, ਬਹੁਤ ਜ਼ਿਆਦਾ, ਪਿੰਡ ਸਾਡੇ ਮੇਰਾ ਸਹੁਰਾ ਪਿੰਡ ਬਾਜਾ ਖਾਨ, ਬਹੁਤ ਜ਼ਿਆਦਾ ਬਹੁਤ ਲੋਕ ਕਹਿੰਦੇ ਰਾਜ ਬਰਾੜ ਦੀ ਭੈਣ ਇਸ ਘਰ ਵਿਆਹੀ ਵੀ ਆਉਣ, ਵੀ ਬਹੁਤ ਆਪਦੇ ਆਪ ਨੂੰ ਬਹੁਤ ਹੁੰਦਾ ਫਿਰ ਮਾਣ, ਫਿਰ ਯਾਦ ਆਉਂਦਾ ਵੀ ਹੈ, ਕਾਸ਼ ਜਿਹਾ ਆਉਂਦਾ ਹੁੰਦਾ ਹੁੰਦਾ ਬਹੁਤ ਸੀ ਮੇਰੇ ਕੋਲ ਜ਼ਰੂਰ, ਭਾਵੇਂ ਮੇਰੇ ਨਾਲ ਲੜ ਕੇ ਆਉਂਦਾ, ਲੜਦਾ ਬਹੁਤ ਸੀਗਾ, ਬਸ ਮਾੜੀ ਮਾੜੀ ਚੀਜ਼ 'ਤੇ ਖਿੱਚ ਜਾਂਦਾ, ਮਾੜੀ ਮਾੜੀ ਗੱਲ 'ਤੇ, ਅਤੇ ਮੈਨੂੰ ਜ਼ਰੂਰ ਮਿਲ ਕੇ ਆਉਂਦਾ, ਕਦੇ ਉਹਨੇ ਇੱਥੇ ਆਉਣਾ ਬਠਿੰਡੇ ਜਾਣਾ ਜਾਂ ਇੱਥੇ, ਮੈਨੂੰ ਜ਼ਰੂਰ ਮਿਲ ਕੇ ਆਉਣਾ, ਕਦੇ ਨਹੀਂ ਹੋਇਆ ਸੀ ਵੀ ਨਹੀਂ। ਅਤੇ ਉਹਨਾਂ ਦੀ ਕੋਈ ਬਚਪਨ ਦੀ ਯਾਦ ਸਾਂਝੀ ਕਰੋਗੇ? ਤੁਹਾਡੇ ਨਾਲ ਤਾਂ ਖੇਡਦਿਆਂ ਦੀ ਹਜ਼ਾਰਾਂ ਹੀ ਯਾਦਾਂ ਹੋਣਗੀਆਂ। ਹਾਂਜੀ, ਮੈਂ ਉਹਨਾਂ ਦੇ ਮਗਰ ਹੀ ਜਾਂਦੀ ਬਹੁਤ, ਵੀ ਜਦੋਂ ਖੇਡਣ ਜਾਂਦੇ, ਮੈਂ ਛੋਟੀ ਹੁੰਦੀ ਜਾਂ ਕਿਤੇ ਜਾਣਾ, ਮੈਂ ਮਗਰ ਹੀ ਭੱਜਣਾ, ਫਿਰ ਉਹਨਾਂ ਨੇ ਇੱਕ ਵਾਰੀ ਮੈਂ ਮਗਰ ਜਾਂਦੀ ਇੱਥੇ ਸੱਤ ਚਾਹਾਂ ਜੀ, ਮੇਰੇ ਮੈਂ ਮਗਰ ਭੱਜਦੀ ਅਤੇ ਰੋੜੀ ਵੱਜੀ ਮੇਰੇ, ਮੈਂ ਡਿੱਗ ਪਈ ਅਤੇ ਥੱਲੇ ਮੇਰੇ ਰੋੜੀਆਂ ਖੁੱਭ ਗਈਆਂ, ਰੋੜੀਆਂ ਖੁੱਭ ਗਈਆਂ ਮੇਰੇ, ਅਤੇ ਜਾਂ ਉਹਨੂੰ ਐਂ ਹੁੰਦਾ ਸੀ, ਮੈਨੂੰ ਕਹਿੰਦਾ ਸੀ ਮੁੜ ਜਾ, ਮੈਂ ਮਗਰ ਹੀ ਜਾਣਾ, ਵੀ ਬਹੁਤ ਪਿਆਰ ਸੀ ਛੋਟੇ ਤੋਂ ਹੁੰਦਿਆਂ ਤੋਂ ਹੀ, ਮੈਨੂੰ ਕਿਤੇ ਨਹੀਂ ਜਾਣ ਦਿੰਦੇ ਸੀ ਰਿਸ਼ਤੇਦਾਰੀ 'ਚ, ਜੇ ਮੈਂ ਜਾਂਦੀ ਤਾਂ ਮਗਰ ਹੀ ਜਾ ਵੜਨਾ, 10 ਕੁ ਦਿਨ ਮਸਾਂ ਕੱਢਣੇ, ਸਾਡਾ ਜੀ ਨਹੀਂ ਲੱਗਦਾ ਘਰੇ ਆ ਜਾ। ਅੱਛਾ, ਤੁਹਾਨੂੰ ਉਹ ਕਹਿਣ ਲੱਗ ਜਾਂਦੇ ਵੀ ਵਾਪਸ ਆ ਜਾ, ਵੀ ਤੂੰ ਉੱਥੇ ਕਰ ਲਈਆਂ ਕੁਛ ਉੱਥੇ, ਛੋਟੇ ਹੁੰਦਿਆਂ ਨੇ ਆਉਂਦਾ ਵੀ ਆਹ ਸਿੱਖ ਲਈਏ। ਇੱਕ ਵਾਰੀ ਮੈਂ ਆਪਦੀ ਮਾਸੀ ਕੋਲ ਗਈ ਜੀ, ਅਤੇ ਮੈਨੂੰ ਕਹਿ ਮੈਂ ਕਿਹਾ ਵੀ ਮੈਂ ਪੱਖੀਆਂ ਜਾਣ ਕੇ, ਮੈਂ ਪੱਖੀਆਂ ਸਿੱਖਣੇ ਆ, ਪੱਖੀਆਂ ਤੂੰ ਕੀ ਕਰਨੀਆਂ, ਤੈਨੂੰ ਕੂਲਰ ਲੈ ਦਿਆਂਗੇ, ਤੈਨੂੰ ਪੱਖੇ ਲੈ ਦਾਂ, ਮੈਂ ਕਿਹਾ ਵੀ ਜੇ ਲਾਈਟ ਉੱਠ ਜੇ ਫਿਰ ਤੈਨੂੰ ਜਨਰੇਟਰ ਲੈ ਦਾਂਗੇ। ਅੱਛਾ ਜੀ, ਵੀ ਇੰਨੀ ਆਉਂ ਵੀ ਉਹਨੂੰ ਐਂ ਹੁੰਦਾ ਸੀ ਵੀ ਘਰੇ ਹੀ ਰਹੇ, ਵੀ ਮੇਰੀ ਭੈਣ ਮੇਰੇ ਕੋਲ ਹੀ ਰਹੇ, ਘਰੇ ਹੀ ਰਹੇ। ਇੱਕ ਵਾਰੀ ਮੈਂ ਆਪਦੇ ਨਾਨਕੇ ਘਰ ਚਲੇ ਗਈ, ਉੱਥੇ ਤਾਂ ਮੈਂ ਲੋਕ ਗਈ, ਮੈਨੂੰ ਲੱਭਦਾ ਫਿਰੇ ਮਗਰ ਘਰੇ, ਚੱਲ ਘਰੇ ਵੀ ਜਾਣਾ ਮੈਂ ਲੈਣ ਆਇਆ, ਸਾਡਾ ਜੀ ਨਹੀਂ ਲੱਗਦਾ, ਬਹੁਤ ਕਰਦਾ ਸੀ। ਮੇਰੇ ਮਾਮਾ ਜੀ ਕਹਿਣ, ਮਾਮਾ ਜੀ ਕਹਿਣ ਵੀ ਰੱਖਣਾ ਆਇਆ ਸੀ, ਹਜੇ ਥੋੜ੍ਹੇ ਦਿਨ ਹੋਏ ਆ, ਨਹੀਂ ਸਾਡਾ ਨਹੀਂ ਜੀ ਲੱਗਦਾ, ਵੀ ਬਹੁਤ ਪਿਆਰ ਕਰਦਾ ਸੀ ਭਰਾ ਨਾਲ, ਤੂੰ ਤਿੰਨੇ ਭੈਣ ਭਰਾਵਾਂ ਨੇ ਇਕੱਠਿਆਂ ਰੋਟੀ ਖਾਣੀ ਛੋਟੇ ਹੁੰਦੇ, ਅਤੇ ਵੀ ਮੈਂ ਕਹਿੰਦੀ ਉਹਨੂੰ ਹੀ ਹੁੰਦੀ ਸੀ ਵੀ ਮੇਰਾ ਭਰਾ, ਹਜੇ ਤੱਕ ਬਲਰਾਜ ਨੇ ਕਹਿਣਾ ਛੋਟੇ ਨੇ ਤੇਰਾ ਭਰਾ ਤਾਂ ਉਹੀ ਆ, ਮੈਨੂੰ ਛੁਡਾਉਣਾ ਤੇਰਾ ਭਰਾ ਤਾਂ ਉਹੀ ਆ,
ਕੁਛ ਵੱਡਾ ਸੀਗਾ ਜ਼ਿਆਦਾ ਮੋਹ ਪਿਆਰ ਸੀ ਜਿਵੇਂ ਉਹ ਤੁਸੀਂ ਦੱਸ ਦਿਓ ਵੀ ਉਹਨਾਂ ਦੇ ਪਿੱਛੇ ਖੇਡਣ ਚਲੇ ਜਾਣਾ ਮੇਰੇ ਬੇਟੇ ਦਾ ਵੀ ਬਹੁਤ ਪਿਆਰ ਕਰਦਾ ਸੀ ਇਹਨੂੰ ਮੈਂ ਨਾਲ ਲੈ ਕੇ ਜਾਊਂਗਾ ਉੱਥੇ ਰੱਖੂੰਗਾ ਰਵੀ ਤੇ ਛੋਟੇ ਮਾਮੇ ਨਾਮ ਵੀ ਮੇਰੇ ਦੋਨੇ ਬੱਚਿਆਂ ਦੇ ਉਹਨੇ ਰੱਖੇ ਅੱਛਾ ਜੀ ਦੋਨੇ ਬੱਚਿਆਂ ਦੇ ਉਹਨੇ ਰੱਖੇ ਪ੍ਰਤੀਕ ਰੱਖਿਆ ਕਹਿੰਦਾ ਰਾਜ ਬੱਬਰ ਦੇ ਮੁੰਡੇ ਦਾ ਨਾਂ ਪ੍ਰਤੀਕ ਆ ਅੱਛਾ ਜੀ ਤੇ ਬੇਟੀ ਦਾ ਨਾਂ ਵੀ ਉਹਨੇ ਰੱਖਿਆ ਬਾਕੀ ਸਾਡਾ ਤਾਂ ਬਹੁਤ ਜ਼ਿਆਦਾ ਸੀ ਮੈਂ ਰਿਸ਼ਤਾ ਵੀ ਉਹਦਾ ਮੈਂ ਹੀ ਕਰਵਾਇਆ ਸੀ ਮੇਰੇ ਨਾਲ ਪੜ੍ਹਦੀ ਸੀ ਕੁੜੀ ਠੀਕ ਜਿਹੜੀ ਉਹਨਾਂ ਦੀ ਵਾਈਫ ਸੀ ਉਹ ਤੁਹਾਡੇ ਦੇ ਕਲਾਸਮੇਟ ਸੀ ਹਾਂਜੀ ਮੇਰੇ ਨਾਲ ਪੜ੍ਹਦੀ ਸੀ ਫਿਰੋਜ਼ਪੁਰ ਹੁਣ ਉਹ ਕਿੱਥੇ ਰਹਿ ਰਹੇ ਨੇ ਚੰਡੀਗੜ੍ਹ ਉਹਨਾਂ ਦੀ ਜਿੱਥੇ ਉੱਥੇ ਰਿਹਾ ਸੀ ਉਹਦੇ ਵਿੱਚ ਉੱਥੇ ਰਹੇ ਉਹਨਾਂ ਦੇ ਬੇਟੀ ਵੀ ਉੱਥੇ ਰਹਿ ਰਹੇ ਹਾਂਜੀ ਉਹ ਬੇਟੀ ਤੇ ਬੇਟਾ ਵੀ ਉਸ ਲੈਂਚ ਹੀ ਹੈ ਨਾ ਉਸ ਲੈਂਚ ਲਾ ਕੇ ਬੇਟਾ ਪੜ੍ਹੀ ਵੀ ਜਾਂਦਾ ਨਾਲ ਨਾਲ ਬੱਚੇ ਪੜ੍ਹੀ ਵੀ ਜਾਂਦੇ ਆ ਚਲੋ ਵਧੀਆ ਨਾਮ ਰੋਸ਼ਨ ਹੋਊਗਾ ਹੋਰ ਜ਼ਿਆਦਾ ਬੱਚਿਆਂ ਦਾ ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਕੀ ਹਾਲ ਚਾਲ ਨੇ ਜੀ ਬਹੁਤ ਬਹੁਤ ਬਾਈ ਧੰਨਵਾਦ ਤੁਹਾਡਾ ਵੀ ਚੈਨਲ ਦਾ ਸਾਡੇ ਪਿੰਡ 'ਚ ਆਏ ਮਿਹਰਬਾਨੀ ਜੀ ਰਾਜ ਬਰਾੜ ਜੀ ਨੂੰ ਜਾਣਦੇ ਹੋ ਤੁਸੀਂ ਹਾਂਜੀ ਬਾਈ ਜੀ ਕਿੱਦਾਂ ਦਾ ਸੀ ਬਾਈ ਦਾ ਸੁਭਾਅ ਰਾਜ ਬਰਾੜ ਦਾ ਬਾਈ ਜੀ ਸੁਭਾਅ ਬਹੁਤ ਵਧੀਆ ਜੀ ਜਾਣੀ ਦੀ ਸਾਡੇ ਪਿੰਡ ਦਾ ਨਾਂ ਰੋਸ਼ਨ ਕੀਤਾ ਉਹਨਾਂ ਨੇ ਗਾਇਕੀ ਦੇ ਵਿੱਚ ਜਾਣੀ ਦੀ ਦਗਾਣਾ ਗਾਇਕੀ ਦੇ ਥੰਮ ਕਹੇ ਜਾਣ ਵਾਲੇ ਗਾਇਕ ਸਨ ਤੇ ਉਹ ਇਸੇ ਪਿੰਡ ਦੀ ਜੰਪਲ ਸੀ ਇੱਥੋਂ ਹੀ ਉਹਨਾਂ ਦਾ ਸਾਰਾ ਕਰੀਅਰ ਸ਼ੁਰੂ ਹੋਇਆ ਹਾਂਜੀ ਹਾਂਜੀ ਮਲਕੇ ਪਿੰਡ ਤੋਂ ਕਰੀਅਰ ਸ਼ੁਰੂ ਹੋਇਆ ਜੀ ਇਸੇ ਪਿੰਡ ਦੇ ਜੰਪਲ ਸੀ ਤੁਸੀਂ ਮਿਲੇ ਹੋ ਕਦੇ ਉਹਨਾਂ ਨੂੰ ਹਾਂਜੀ ਬਾਈ ਜੀ ਅਸੀਂ ਮੇਲਾ ਕਰਾਉਂਦੇ ਹੁੰਦੇ ਹਾਂ ਕਲੱਬ ਦੇ ਵਿੱਚ ਬਾਈ ਜੀ ਅਸੀਂ ਮੇਲੇ 'ਚ ਬਹੁਤ ਜ਼ਿਆਦਾ ਸਹਿਯੋਗ ਦਿੰਦੇ ਆ ਕਲਾਕਾਰ ਵੀ ਹਾਲਾਂਕਿ ਉਹਨਾਂ ਨੇ ਬਹੁਤ ਜ਼ਿਆਦਾ ਸਾਨੂੰ ਮੇਲੇ 'ਚ ਦਿੰਦੇ ਸੀ ਪਹਿਲਾਂ ਵੀ ਹਾਂਜੀ ਪਹਿਲਾਂ ਵੀ ਕਲੱਬ ਨੂੰ ਸਹਿਯੋਗ ਦਿੰਦੇ ਕਲੱਬ ਨੂੰ ਸਹਿਯੋਗ ਦਿੰਦੇ ਸੀ ਮੱਖਣ ਬਰਾੜ ਜੀ ਨਾਲ ਮਿਲ ਕੇ ਜੀ ਮੱਖਣ ਬਰਾੜ ਜੀ ਇਸੇ ਪਿੰਡ ਦੇ ਇਸੇ ਪਿੰਡ ਦੇ ਨੇ ਮੱਖਣ ਬਰਾੜ ਜੀ ਮੇਲਾ ਹਾਲਾਂਕਿ ਉਹਦੀ ਯਾਦ ਵਿੱਚ ਹੁਣ ਵੀ ਕਰਾਉਣੇ ਆ ਮੱਖਣ ਬਰਾੜ ਜੀ ਕਲਾਕਾਰ ਸਾਧਦੇ ਆ ਬਾਕੀ ਉਹਨਾਂ ਦੇ ਜਾਣੇ ਜਾਣਦੇ ਕਲਾਕਾਰ ਵੀ ਆਉਂਦੇ ਆ ਬਾਈ ਜੀ ਸਤਿ ਸ੍ਰੀ ਅਕਾਲ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਕੀ ਹਾਲ ਚਾਲ ਨੇ ਜੀ ਠੀਕ ਆ ਜੀ ਵਧੀਆ ਰਾਜ ਬਰਾੜ ਜੀ ਨੂੰ ਜਾਣਦੇ ਸੀ ਹਾਂਜੀ 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 ਕਿੱਦਾਂ ਦੇ ਸੀ ਬਾਈ ਚੰਗਾ ਬੰਦਾ ਸੀ ਮਾੜਾ ਨਹੀਂ ਬਸ ਉਹਦੀ ਦਾਰੂ ਦੀ ਜਿਹੜੀ ਆਦਤ ਸੀ ਉਹਦੇ ਨਾਲ ਕੰਮ ਹੋਇਆ ਗੀਤ ਗੂਤ ਉਹਦੇ ਬਹੁਤ ਚੱਲੇ ਆ ਵਧੀਆ ਚੱਲੇ ਆ ਜਣੇ ਉਹਦੇ ਭਰਾ ਸਰਪੰਚ ਹੈਗਾ ਗੀਤਨ ਸਿੰਘ ਆ ਤਾਏ ਦਾ ਪੁੱਤ ਚਾਚੇ ਦਾ ਉਹਦੇ ਦਾ ਅਤੇ ਹੋਰ ਚਾਰ ਉਹਦਾ ਭਰਾ ਭੋਲਾ ਉਹ ਸਮਾਧਾਂ ਦਾ ਮਾਲਕ ਬਣਿਆ ਬੈਠਾ ਅਤੇ ਹੋਰ ਖਰਚ ਹੋਇਆ ਹੋਰ ਹੋਰ ਉਹਨਾਂ ਦੇ ਦੂਜੇ ਜਿਹਾ ਹੈਗਾ ਰਾਜ ਦਾ ਭਰਾ ਉਹ ਬਾਹਰ ਆ ਇਹਨਾਂ ਦਾ ਪਿੰਡ ਦੇ ਵਿੱਚ ਸੁਭਾਅ ਕਿਹੋ ਜਿਹਾ ਸੀ ਉਦੋਂ ਤੋਂ ਮਿਲਦੇ ਸੀ ਸੁਭਾਅ ਬਹੁਤ ਵਧੀਆ ਜੀ ਫਿਲਮ ਮਿਲੇ ਹਾਂ ਸਾਡੇ ਪਿੰਡ ਦੀ ਬਣਾਈ ਉਹਨਾਂ ਨੇ ਫਿਲਮ ਪਹਿਲਾਂ ਜਿਹੜੀ ਇੱਥੇ ਬਣਾਈ ਸੀ ਬਾਬੇ ਰੁੱਖੜ ਦਾਸ ਦੇ ਉਹ ਬਸ ਉਹਦੇ ਵਿੱਚ ਖਰਚ ਖੁਰਚ ਬਹੁਤ ਕਰ ਗਿਆ ਜ਼ਿਆਦਾ ਰੁਪਈਆ ਉਹ ਹੁਣ ਬੰਦਾ ਚੰਗਾ ਮਿਲਣਸਾਰ ਸੀ ਬੰਦਾ ਸਾਰਿਆਂ ਨੂੰ ਫਿਰ ਉਹਨਾਂ ਨੇ ਜਦੋਂ ਕੁਲਦੀਪ ਗੀਤਨ ਬਣਿਆ ਉਦੋਂ ਫਿਰ ਉਹਨਾਂ ਨੇ ਗਾਣੇ ਗੁਣੇ ਲਾਏ ਇੱਥੇ ਆਪਣੇ ਮੰਡੀ ਦੇ ਵਿੱਚ ਪ੍ਰੋਗਰਾਮ ਕੀਤਾ ਬਹੁਤ ਵਧੀਆ ਬੰਦਾ ਬਹੁਤ ਵਧੀਆ ਸੀ ਬਸ ਉਹਨੂੰ ਆਇਆ ਵੀ ਦਾਰੂ ਪੀਣ ਨਾਲ ਉਹਦਾ ਕਾਲਾ ਪੀ ਗਿਆ ਵਧ ਗਿਆ ਅਤੇ ਉਹਦੇ ਨਾਲ ਡੈਥ ਹੋ ਗਈ ਉਹਦੀ ਉੱਥੇ ਚੰਡੀਗੜ੍ਹ ਦਾਰੂ ਪੀਤੀ ਉਹਦੇ ਜਿਹਦੇ ਪਤਾ ਲੱਗਾ ਵੀ ਇੱਥੇ ਵੀ ਉੱਥੇ ਉਲਟੀ ਆਈ ਜਦੋਂ ਕਿਤੇ ਬਾਹਰ ਅੰਦਰ ਜਾਂਦੇ ਸੀ ਤੁਸੀਂ ਦੱਸਦੇ ਸੀ ਵੀ ਅਸੀਂ ਮੱਲ ਕੇ ਪਿੰਡ ਤੋਂ ਆਏ ਹਾਂ ਅਗਲਾ ਕਹਿੰਦਾ ਸੀ ਵੀ ਉਹੀ ਬਾਹਰ ਮੰਦਰ ਤਾਂ ਪੁੱਛਦੇ ਹੀ ਰਹਿੰਦੇ ਇੱਥੇ ਬਰਾਜ ਬਰਾੜ ਤੁਹਾਡੇ ਪਿੰਡ ਦਾ ਹਾਂ ਮਸਾ ਸਾਡੇ ਪਿੰਡ ਦਾ ਮੱਖਣ ਬਰਾੜ ਤੁਹਾਡੇ ਪਿੰਡ ਦਾ ਹਾਂ ਇਹ ਗੇਲਾ ਭੱਟੀ ਸੀ ਉਹ ਸੀ ਜਿਵੇਂ ਹੁਣ ਸਾਡੇ ਪਿੰਡ ਦਾ ਪ੍ਰਤਾਪ ਸਿੰਘ ਚੈਰੋਂ ਸੀ ਜਿਹੜਾ ਮੁੱਖ ਮੰਤਰੀ ਉਹ ਸਾਡੇ ਪਿੰਡ ਹੀ ਵਿਆਹ ਸੀ ਆਹ ਸਕੂਲ ਸਕਾਲ ਉਹਨਾਂ ਦੀ ਦੇਣ ਆਪਣੇ ਹਾਂਜੀ ਸਤਿ ਸ੍ਰੀ ਅਕਾਲ ਮਾਤਾ ਜੀ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਚਾਲ ਨੇ ਜੀ ਠੀਕ ਹੈ ਬੇਟਾ ਰਾਜ ਬਰਾੜ ਜੀ ਨੂੰ ਜਾਣਦੇ ਸੀ ਹਾਂਜੀ ਕਿੱਦਾਂ ਦਾ ਸੀ ਸੁਭਾਅ ਉਹਨਾਂ ਦਾ ਬਹੁਤ ਚੰਗਾ ਸੁਭਾਅ ਸੀ ਉਹਨਾਂ ਦਾ ਤੁਹਾਡੇ ਕੋਲ ਤਾਂ ਇੱਥੇ ਨਿਕਾਹ ਹੁੰਦਾ ਵੀ ਜਾਂ ਫਿਰ ਹਾਂਜੀ ਹਾਂਜੀ ਇੱਧਰ ਬਹੁਤ ਆਉਂਦਾ ਹੁੰਦਾ ਸੀ ਜੀ ਅੱਛਾ ਇਸ ਘਰੇ ਦਾ ਇਹ ਮੇਰੇ ਘਰ ਵਾਲੇ ਦਾ ਸਰਵਾਲਾ ਸੀਗਾ ਅੱਛਾ ਵਿਆਹ ਦੇ ਵਿੱਚ ਜਦੋਂ ਉਹਨਾਂ ਦਾ ਸਰਵਾਲਾ ਰਾਜ ਬਰਾੜ ਜੀ ਹਾਂਜੀ ਰਾਜ ਬਰਾੜ ਸੀ ਸਰਵਾਲਾ ਤੇ ਜਦੋਂ ਕਿਤੇ ਆਉਂਦੇ ਫਿਰ ਤੁਹਾਨੂੰ ਸਭ ਪਿੰਡ ਨੂੰ ਪਿਆਰ ਨਾਲ ਮਿਲਦੇ ਜਦੋਂ ਬਾਹਰ ਰਹਿਣ ਲੱਗੇ ਹਾਂਜੀ ਸਾਰਿਆਂ ਨੂੰ ਪਿਆਰ ਬਹੁਤ ਵੱਧ ਵੱਧ ਮਿਲਦੇ ਸੀ ਜਿਵੇਂ ਉਹਨਾਂ ਦੀ ਪਿੱਛੋਂ ਚੜ੍ਹਾਈ ਬਹੁਤ ਹੋ ਗਈ ਸੀ ਕੋਈ ਸੁਭਾਅ ਦੇ ਵਿੱਚ ਉਹ ਤਾਂ ਨਹੀਂ ਆਇਆ ਸੀ ਹੰਕਾਰ ਕਹਿ ਲਈ ਕਮੰਡ ਨਹੀਂ ਹੰਕਾਰ ਹੋਰ ਕੋਈ ਨਹੀਂ ਸੀ ਮਿਲ ਕੇ ਜਾਂਦਾ ਸੀ ਇੱਧਰ ਵੀ ਜਿਹੜੀ ਮੇਰੀ ਸਾਸੀ ਉਹ ਮਾਸੀ ਲੱਗਦੀ ਸੀ ਇਹਨਾਂ ਦੀ ਅੱਛਾ ਜੀ ਤਾਏ ਚਾਚੇ ਦੀਆਂ ਧੀਆਂ ਸੀਗੀਆਂ ਵੱਧ ਮਿਲ ਕੇ ਜਾਂਦਾ ਸੀ ਉਹ ਸਾਰਾ ਪਿੰਡ ਮਾਣ ਕਰਦਾ ਹਾਂਜੀ ਬਹੁਤ ਜ਼ਿਆਦਾ ਮਾਣ ਕਰਦਾ ਸੀ ਇਹਨਾਂ ਦਾ ਜਦੋਂ ਕਿਤੇ ਬਾਹਰ ਜਾਂਦੇ ਸੀ ਦੱਸਦੇ ਸੀ ਵੀ ਅਸੀਂ ਮਾਲਕਿਆਂ ਤੋਂ ਫਿਰ ਅਗਲਾ ਕਹਿੰਦਾ ਕੀ ਕਹਿੰਦਾ ਸੀ ਹਾਂਜੀ ਸਾਡੀ ਬਹੁਤ ਚੜ੍ਹਾਈ ਹੁੰਦੀ ਸੀ ਜਦੋਂ ਅਸੀਂ ਕਹਿੰਦੇ ਸੀ ਅਸੀਂ ਵੀ ਰਾਜ ਬਰਾੜ ਮਾਲਕਿਆਂ ਦਾ ਕਿ ਤੁਸੀਂ ਉਹ ਵੀ ਦੁਕਾਨ 'ਤੇ ਵੀ ਜਾਣਾ ਰਾਜ ਬਰਾੜ ਦਾ ਨਾਂ ਲੈਣਾ ਸਾਡੀ ਬਹੁਤ ਚੜ੍ਹਾਈ ਹੁੰਦੀ ਸੀ ਅਗਲਾ ਪੂਰਾ ਮਾਣ ਸਤਿਕਾਰ ਹਾਂਜੀ ਹਾਂਜੀ ਠੀਕ ਹੈ ਧੰਨਵਾਦ ਜੀ ਅੱਛਾ ਹੋਰ ਬਾਈ ਕੀ ਹਾਲ ਚਾਲ ਨੇ ਠੀਕ ਹੈ ਬਾਈ ਵਧੀਆ ਰਾਜ ਬਰਾੜ ਜੀ ਨੂੰ ਜਾਣਦੇ ਸੀ ਹਾਂਜੀ ਜਾਣਦੇ ਕਿੰਨਾ ਕਿ ਚੰਗੀ ਤਰ੍ਹਾਂ ਜਾਣਦੇ ਸੀ ਪੂਰੇ ਚੰਗੀ ਤਰ੍ਹਾਂ ਜਾਣਦੇ ਸੀ ਆਪਣੇ ਨਾਲ ਹੀ ਸੀਗਾ ਘਰ ਨੇੜੇ ਹਾਂਜੀ ਕਿੱਦਾਂ ਦਾ ਸੁਭਾਅ ਸੀ ਵੀਰੇ ਦਾ ਸੁਭਾਅ ਬਹੁਤ ਵਧੀਆ ਸੀ ਚਾਚਾ ਹੀ ਲੱਗਦਾ ਸੀ ਆਪਣੇ ਘਰਾਂ 'ਚ ਅੱਛਾ ਅੱਛਾ ਹਾਂਜੀ ਠੀਕ ਹੈ ਅਤੇ ਉਹਨਾਂ ਦੇ ਗੀਤ ਸੁਣਦੇ ਹੋਗੇ ਹਾਂਜੀ ਗੀਤ ਕਾਫੀ ਆਏ ਉਹਨਾਂ ਦੇ ਸੁਣਦੇ ਰਹੇ ਛੋਟੇ ਹੁੰਦੇ ਵੀ ਸੁਣਦੇ ਰਹੇ ਹਾਂ ਸੁਣਾ ਦਿਓਗੇ ਗੀਤ ਇੱਕ ਗੀਤ
ਗਾਣਾ ਸੀਗਾ ਉਹਨਾਂ ਦਾ ਪੁੱਤ ਵਰਗਾ ਫੋਰ ਟ੍ਰੈਕਟਰ ਬਹੁਤ ਵਧੀਆ ਗਾਣਾ ਸੀਗਾ ਬਹੁਤ ਉਹਨੂੰ ਪਿਆਰ ਵੀ ਦਿੱਤਾ ਲੋਕਾਂ ਨੂੰ ਦੋ ਲਾਈਨਾਂ ਸੁਣਾਓ ਗਾਣੇ ਦੀਆਂ ਗਾਣਾ ਤਾਂ ਜੀ ਕਿਤੇ ਚੇਤਾ ਜਾਂ ਨਹੀਂ ਹੁਣ ਜੀ ਪੂਰਾ ਚੇਤਾ ਤਾਂ ਹੈਗਾ ਜਾਣ ਕੇ ਨਹੀਂ ਸੁਣਾਉਂਦੇ ਸੰਗ ਲੱਗਦੀ ਹੈ ਨਾ ਜੀ ਬਸ ਸੰਗ ਸੰਗ ਠੀਕ ਹੈ ਵੀਰੇ ਥੈਂਕ ਯੂ ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਹੋਰ ਕੀ ਹਾਲ ਚਾਲ ਨੇ ਬਿਲਕੁਲ ਚਾਲੀ ਕਾਲ ਵੀਰ ਰਾਜ ਬਰਾੜ ਜੀ ਨੂੰ ਜਾਣਦੇ ਹੋ ਜੀ ਬਿਲਕੁਲ ਬਿਲਕੁਲ ਜੀ ਚੰਗੀ ਤਰ੍ਹਾਂ ਜਾਣਦੇ ਪਰਿਵਾਰ 'ਚੋਂ ਸੀ ਸਾਡੇ 'ਚੋਂ ਅੱਛਾ ਜੀ ਕੀ ਰਿਸ਼ਤਾ ਜੀ ਤੁਹਾਡਾ ਉਹਨਾਂ ਨਾਲ ਮੇਰੇ ਚਾਚਾ ਜੀ ਲੱਗਦੇ ਸੀ ਜੀ ਠੀਕ ਹੈ ਜੀ ਹਾਂਜੀ ਅਤੇ ਜਦੋਂ ਉਹ ਐਂ ਕਹਿ ਲਓ ਵੀ ਇੱਕ ਪੂਰੀ ਪੀਕ 'ਤੇ ਵਗੇ ਸੀ ਚੜ੍ਹਾਈ ਸੀਗੀ ਉਦੋਂ ਬਾਅਦ ਉਹਨਾਂ ਦਾ ਸੁਭਾਅ ਕਿੱਦਾਂ ਦਾ ਰਿਹਾ ਸੁਭਾਅ ਜਿੱਦਾਂ ਉਹਨਾਂ ਦਾ ਪਹਿਲਾਂ ਸੀ ਉੱਦਾਂ ਦਾ ਹੀ ਹੁਣ ਸੀ ਬਾਅਦ 'ਚ ਵੀ ਸੁਭਾਅ 'ਚ ਕਦੇ ਉਹਨਾਂ ਦੇ ਬਦਲਾਅ ਨਹੀਂ ਆਇਆ ਜਿਵੇਂ ਸਟਰਗਲ ਟਾਈਮ ਸੀਗੇ ਅਤੇ ਉਸ ਤੋਂ ਪੀਕ 'ਤੇ ਪਹੁੰਚੇ ਜਾਂ ਡਾਊਨਫਾਲ ਆਇਆ ਤਾਂ ਉਹ ਸੇਮ ਹੀ ਰਿਹਾ ਕੋਈ ਬਦਲਾਅ ਨਹੀਂ ਆਇਆ ਇਸ ਤਰ੍ਹਾਂ ਜਿੱਦਾਂ ਪਹਿਲਾਂ ਸੀ ਉੱਦਾਂ ਹੀ ਰਿਹਾ ਪਿੰਡ ਦੇ ਵਿੱਚ ਕਿੰਨਾ ਕੁ ਆਉਂਦੇ ਜਾਂਦੇ ਸੀ ਉਹ ਪਿੰਡ ਦੇ ਵਿੱਚ ਉਹਨੀ ਕੋਸ਼ਿਸ਼ ਸੀ ਤਕਰੀਬਨ ਵੀ ਮਤਲਬ ਗੇੜਾ ਮਾਰਿਆ ਹੀ ਜਾਵੇ ਜਦੋਂ ਪ੍ਰੋਗਰਾਮ ਹੁੰਦੇ ਸੀ ਨੇੜੇ ਇੱਥੇ ਮਤਲਬ ਸਾਡੇ ਇਲਾਕੇ 'ਚ ਜਾਂ ਵੈਸੇ ਵੀ ਮਹੀਨੇ ਬਾਅਦ ਦੋ ਮਹੀਨੇ ਬਾਅਦ ਜਦੋਂ ਉਹਦਾ ਮਨ ਕਰਦਾ ਸੀ ਆ ਜਾਂਦੇ ਸੀ ਪਿੰਡ 'ਚ ਮਿਲਦੇ ਸੀ ਲੋਕਾਂ ਨੂੰ ਵਧੀਆ ਤਰੀਕੇ ਨਾਲ ਬਹੁਤ ਲੋਕ ਆਉਂਦੇ ਹੋਣਗੇ ਉਹਨਾਂ ਕੋਲ ਘਰ ਹਾਂਜੀ ਆਉਂਦੇ ਸੀ ਤਕਰੀਬ ਪਿੰਡ 'ਚ ਤਾਂ ਖੁਦ ਆਪ ਹੀ ਮਿਲ ਲੈਂਦੇ ਸੀਗੇ ਪਰ ਜਿਹੜੇ ਇਲਾਕੇ ਦੇ ਲੋਕ ਸੀ ਆਸੇ ਪਾਸੇ ਦੇ ਉਹ ਮਿਲਣ ਆਉਂਦੇ ਰਹਿੰਦੇ ਸੀ ਤਕਰੀਬਨ ਕਾਫੀ ਲੋਕ ਨੂੰ ਪਿਆਰ ਬਹੁਤ ਜ਼ਿਆਦਾ ਕਰਦੇ ਸੀਗੇ ਜਦੋਂ ਬਾਹਰ ਜਾਂਦੇ ਹੋ ਤਾਂ ਦੱਸਦੇ ਹੋਵੋਗੇ ਅਸੀਂ ਮਾਲਕ ਹੈ ਤੋਂ ਆਏ ਹੋਗੇ ਉਦੋਂ ਕੀ ਕਹਿੰਦੇ ਨੇ ਲੋਕ ਫਿਰ ਬਿਲਕੁਲ ਜਦੋਂ ਬਾਹਰ ਜਾ ਕੇ ਕਿਤੇ ਮਾਲਕਿਆਂ ਦੀ ਗੱਲ ਚੱਲਦੀ ਸੀ ਤਾਂ ਪਹਿਲਾਂ ਇਹੀ ਕਹਿੰਦੇ ਸੀ ਵੀ ਰਾਜ ਬਰਾੜ ਵਾਲੇ ਮਾਲਕੇ ਤਾਂ ਮਾਲਕੇ ਪਿੰਡ ਜਿਹੜਾ ਹੈਗਾ ਰਾਜ ਦੇ ਨਾਂ ਤੋਂ ਹੀ ਮਸ਼ਹੂਰ ਹੋਇਆ ਜੀ ਹਾਂਜੀ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਸੀ ਉਦੋਂ ਨਹੀਂ ਬਹੁਤ ਮਾਣ ਵਾਲੀ ਗੱਲ ਸੀ ਉਦੋਂ ਵੀ ਸੀ ਅਤੇ ਅੱਜ ਵੀ ਮਾਣ ਵਾਲੀ ਗੱਲ ਹੈ ਕਿਉਂਕਿ ਜਿੱਥੇ ਵੀ ਕਿਤੇ ਵੀ ਮਾਲਕਿਆਂ ਦਾ ਨਾਂ ਲਿਆ ਜਾਂਦਾ ਤਾਂ ਰਾਜ ਦਾ ਨਾਂ ਜ਼ਰੂਰ ਲਿਆ ਜਾਂਦਾ ਇਸ ਅਤੇ ਸਾਰੇ ਪਿੰਡ ਨੂੰ ਹੀ ਮਾਣ ਹੈ ਇਸ ਗੱਲ 'ਤੇ ਜੀ ਪੱਤ ਵਰਗਾ ਫੋਰ ਟ੍ਰੈਕਟਰ ਜੱਟ ਨੇ ਵਿਚਾਰ ਰੋ ਰੋ ਕੇ ਹੈ ਇਹ ਵੀ ਸਹੀ ਆ ਇਹ ਗੱਲਾਂ ਇਹ ਨਾ ਗੱਲਾਂ ਆਏ ਆ ਨਾ ਵੀ ਕਦੋਂ ਆਪਦੇ ਪੁੱਤ ਨੂੰ ਕੌਣ ਵੇਚਦਾ ਆਪਦੇ ਜੇ ਕੋਈ ਘਰੇ ਫੋਰ ਟ੍ਰੈਕਟਰ ਹੈਗਾ ਤਾਂ ਉਹਨੂੰ ਕੌਣ ਵੇਚਦਾ ਸਾਰੀ ਜ਼ਿੰਦਗੀ ਵੇਚ ਨਹੀਂ ਸਕਦਾ ਭਾਈ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਨੇ ਜੀ ਰਾਜ ਬਰਾੜ ਜੀ ਨੂੰ ਜਾਣਦੇ ਸੀ ਹਾਂਜੀ ਹਾਂਜੀ ਜਾਣਦੇ ਸੀ ਕਿੰਨਾ ਕੁ ਜਾਣਦੇ ਸੀਗੇ ਮੇਰਾ ਭਤੀਜਾ ਸਾਡੇ ਘਰਾਂ ਤੋਂ ਮੈਂ ਜਾਣਦੇ ਸਨ ਛੋਟਾ ਹੁੰਦਾ ਤੁਹਾਡੇ ਕੋਲ ਹੀ ਰਿਹਾ ਹੋਣਾ ਹਾਂਜੀ ਛੋਟਾ ਹੁੰਦਾ ਕਿੱਦਾਂ ਦਾ ਸੀ ਛੋਟੇ ਹੁੰਦੇ ਸੀ ਉਦੋਂ ਬਹੁਤ ਵਧੀਆ ਸੀ ਸੁਭਾਅ ਤੋਂ ਜਿਵੇਂ ਇੱਕ ਬੱਚੇ ਹੁੰਦੇ ਨੇ ਥੋੜੇ ਸ਼ਰਾਰਤੀ ਵੱਧ ਬੋਲਣ ਵਾਲੇ ਜਾਂ ਚੁੱਪ ਜੇ ਹੁੰਦੇ ਨੇ ਉਹਨਾਂ ਦਾ ਸੁਭਾਅ ਕਿਦੋਂ ਜਿਹਾ ਸੀ ਠੀਕ ਸੁਭਾਅ ਉਹਨਾਂ ਦਾ ਸਾਰਿਆਂ ਵਾਸਤੇ ਠੀਕ ਸੀ ਬੱਚਿਆਂ ਨਾਲ ਬੱਚੇ ਸੀਗੇ ਮੈਨੂੰ ਬਹੁਤ ਮਾਣ ਸੀ ਮੇਰੇ ਪਿੰਡ ਦਾ ਮੇਰਾ ਭਤੀਜਾ ਜਦੋਂ ਪੇਕਿਆਂ ਦਾ ਨਾਂ ਆਉਂਦਾ ਹੋਣਾ ਗੀਤਾਂ ਚ ਮੱਖਣ ਬਰਾੜ ਜਾਂ ਇਹ ਰਾਜ ਬਰਾੜ ਇਹਨਾਂ ਦਾ ਨਾਂ ਆਉਂਦਾ ਸੀ ਬਹੁਤ ਕਹਿੰਦੇ ਹੋਵੋਗੇ ਵੀ ਸਾਡੇ ਪਿੰਡ ਦੇ ਨੇ ਉਹ ਤਾਂ ਅਸੀਂ ਫੁੱਲੇ ਨੂੰ ਸਮਾਈਦਾ ਸੀ ਸਾਡਾ ਆਪਦਾ ਹਾਂਜੀ ਦੋਸਤੋ ਹੁਣ ਅਸੀਂ ਖੜੇ ਹਾਂਗੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਮਲਕੇ ਦੇ ਬਾਹਰ ਅਤੇ ਇਸੇ ਸਕੂਲ ਦੇ ਵਿੱਚੋਂ ਹੀ ਰਾਜ ਬਰਾੜ ਜੀ ਨੇ ਆਪਣੀ ਮੁੱਢਲੀ ਪੜ੍ਹਾਈ ਹੈ ਜਿਹੜੀ ਸ਼ੁਰੂ ਕੀਤੀ ਸੀਗੀ ਅਤੇ ਇਸ ਦੇ ਨਾਲ ਹੀ ਤੁਹਾਨੂੰ ਗੱਲਾਂ ਬਾਤਾਂ ਕਰਾਈਆਂ ਉਹਨਾਂ ਦੇ ਘਰਦਿਆਂ ਨਾਲ ਪਿੰਡ ਦੇ ਲੋਕਾਂ ਨਾਲ ਕਿ ਉਹ ਰਾਜ ਬਰਾੜ ਜੀ ਨੂੰ ਕਿੰਨਾ ਪਿਆਰ ਕਰਦੇ ਸੀ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਦੋਸਤੋ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਜੇਕਰ ਤੁਸੀਂ ਵੀ ਕਿਸੇ ਹੋਰ ਸਿੰਗਰ ਦੀ ਪਿੰਡ ਦੀ ਇਸ ਤਰ੍ਹਾਂ ਦੀ ਵੀਡੀਓ ਵਿਲੇਜ ਟੂਰ ਦੇਖਣਾ ਚਾਹੁੰਦੇ ਹੋ ਤਾਂ ਕਮੈਂਟ ਦੇ ਵਿੱਚ ਉਹਨਾਂ ਦਾ ਨਾਂ ਲਿਖਿਓ ਅਤੇ ਜੇਕਰ ਤੁਹਾਨੂੰ ਰਾਜ ਬਰਾੜ ਜੀ ਪਸੰਦ ਨੇ ਉਹਨਾਂ ਦੇ ਗਾਇਕੀ ਸੀ ਜਿਹੜੀ ਉਹ ਪਸੰਦ ਸੀ ਤਾਂ ਕਮੈਂਟ ਦੇ ਵਿੱਚ ਉਹਨਾਂ ਦਾ ਇੱਕ ਗਾਣਾ ਵੀ ਜ਼ਰੂਰ ਲਿਖ ਦਿਓ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ ਇਸ ਦੇ ਨਾਲ ਹੀ ਬੋਲੀ ਹੌਲੀ ਬਾਬਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਹੁਣ ਦਿਓ ਮੈਨੂੰ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ